आंदा भी तुसी इदा करो भी तुसी जिथे कहंदे जे ना ओथे मैं बैठा रहूंगा ते कहोगे ना भी सवेरे उठ ते मैं सवेरे उठूंगा पर आप बिजती मैनू बर्दाश्त नहीं हैगी सवेरे आंदा। पंजाबी पॉडकास्ट में तुहाडा स्वागत। मैं हां संगतार। पंजाबी पॉडकास्ट के इस हफ्ते वाले एपीसोड दे विच आपां गलबात कीती है नासर ढिल्लों हुणां दे नाल। जिहड़ियां उन्हां दियां गल्लां ओह बड़ियां दिलचस्प ने। उन्हां दियां कहाणियां बहुत वधिया देसी कहाणियां, बहुत ही हासे मजाक वालियां गल्लां ते समझण वालियां गल्लां। बहुत ही वधिया एपीसोड है। जे तुहानूं पसंद आवे तां इहनूं शेयर जरूर करियो अगे तो अगे तां कि सारे ही देख सकण कि पंजाबी दे विच इदां दियां भी गल्लां हुंदियां। ते लाओ जी आओ शुरू करते हैं पंजाबी पॉडकास्ट। ਤੁਸੀਂ ਅੱਜ ਸਾਨੂੰ ਇੱਕ ਨਕਸ਼ਾ ਦਿਖਾ ਲਓ ਆਪਣੇ ਬਚਪਨ ਦਾ, ਆਪਣੇ ਪੰਜਾਬ ਦਾ। ਸੰਗਤਾਰ ਭਾਜੀ ਇੱਧਰ ਡਿਵੈਲਪਮੈਂਟ ਦੀ ਗੱਲ ਕਰਦੇ ਨਾ ਆਪਾਂ। ਡਿਵੈਲਪਮੈਂਟ ਤੇ ਚਲੋ ਮੈਂ ਕੰਪੈਰੀਟਿਵਲੀ ਵੇਖਦਾ ਕਿ ਚੜ੍ਹਦੇ ਪੰਜਾਬ ਦੀ ਗੱਲ ਕਰਦੇ ਉੱਧਰ ਥੋੜ੍ਹੀ ਜ਼ਿਆਦਾ ਹੋਈ ਆ, ਇੱਧਰ ਘੱਟ ਹੋਈ ਆ। ਲੇਕਿਨ ਜਿਹੜਾ ਪਿੰਡਾਂ ਦਾ ਸਟਰਕਚਰ ਆ, ਪਿੰਡਾਂ ਦੇ ਵਿੱਚ ਬੋਲੀ ਤੋਂ ਹਟ ਕੇ, ਬੋਲੀ ਦਾ ਥੋੜ੍ਹਾ ਜਿਹਾ ਇੱਥੇ ਹੋਰ ਪੰਜਾਬੀ ਬੋਲਣ ਨੂੰ ਥੋੜ੍ਹਾ ਜਿਹਾ ਵਖਰੇਵਾ ਹੋਇਆ ਇੱਥੇ। ਜੇ ਆਪਾਂ ਗੱਲ ਕਰਦੇ ਨਾ ਪਿੰਡਾਂ ਦੇ ਰਹਿਣ ਸਹਿਣ ਦੀ, ਹੁਣ ਵੀ ਅੱਜ ਵੀ ਤੁਸੀਂ ਇੱਥੋਂ 3 ਕਿਲੋਮੀਟਰ ਪਿੱਛੇ ਚਲੇ ਜਾਓ ਤੁਹਾਨੂੰ ਉਸੇ ਤਰ੍ਹਾਂ ਹੀ ਉਹ ਲੱਭੇਗਾ, ਉਹ ਪੰਜਾਬ ਵੇਖਣ ਨੂੰ ਮਿਲੇਗਾ ਵੀ ਉਹ ਢੱਗੇ 'ਚ ਵਗਦੇ ਨੇ, ਉਹ ਹਾਲ ਵੀ ਹਲੀ ਵਾਹ ਰਹੇ ਨੇ। ਮਤਲਬ ਵੀ ਉਸ ਹਿਸਾਬ ਦੇ ਨਾਲ ਤਾਂ ਨਹੀਂ ਢੱਗੇ ਵਾਲੀ ਖੇਤੀ ਜਿਹੜੀ ਆ, ਲੇਕਿਨ ਇਹ ਵੀ ਜਦੋਂ ਖੇੜਾਂ ਪਾਈਆਂ ਹੁੰਦੀਆਂ, ਕਮਾਦ ਨੂੰ ਗੋਡਣਾ ਹੁੰਦਾ, ਕਪਾਹ ਨੂੰ ਗੋਡਣਾ ਹੁੰਦਾ, ਉਹ ਸਾਰਾ ਕੁਛ ਉਸੇ ਤਰ੍ਹਾਂ ਹੁਣ ਕੁਛ ਨਾ ਕੁਛ ਵੇਖਣ ਨੂੰ ਇੱਧਰ ਤੁਹਾਨੂੰ ਮਿਲ ਜਾਂਦਾ ਵਾ। ਉੱਧਰ ਦੀ ਬਜਾਏ ਉਸ ਪੰਜਾਬ ਵੀ ਵੇਖਦਾ ਰਹਿੰਦਾ ਮੈਂ। ਹਾਂ, ਉੱਧਰ ਘੱਟ ਆ ਥੋੜ੍ਹਾ ਜਿਹਾ, ਉਹ ਮਾਡਰਨ ਜ਼ਿਆਦਾ ਹੋ ਗਿਆ। ਇੱਧਰ ਥੋੜ੍ਹਾ ਜਿਹਾ ਹਲੇ ਥੋੜ੍ਹਾ ਜਿਹਾ ਆਪਾਂ ਪਿੱਛੇ ਹਾਂ ਵੀ ਜਿਵੇਂ ਉਹ ਤੁਹਾਨੂੰ ਪੰਜਾਬ ਵਾਲੇ ਰੰਗ ਜਿਹੜੇ ਸਾਰੇ ਵੇਖਣ ਨੂੰ ਮਿਲਦੇ ਇਸ ਸਾਈਡ 'ਤੇ। ਹਾਂਜੀ ਹਾਂਜੀ। ਅਤੇ ਬਚਪਨ ਦੀਆਂ ਗੱਲਾਂ ਦੇ ਵਿੱਚ ਨਿੱਕੇ ਹੁੰਦਿਆਂ, ਮੇਰੀ ਉਮਰ 37 ਸਾਲ ਆ, ਮੈਂ ਮੈਨੂੰ ਲੱਗਦਾ ਵੀ ਜੋ ਕੁਛ ਅਸੀਂ ਵੇਖਿਆ ਉਹ ਪੰਜਾਬ, ਪੂਰੇ ਦਾ ਪੂਰਾ ਪੰਜਾਬ ਅਸੀਂ ਵੇਖਿਆ। ਹਾਂਜੀ, ਉਹ ਸਾਰੇ ਪੰਜਾਬ ਦੇ ਰੰਗ, ਮੇਲੇ, ਠੇਲੇ, ਖੇਡਾਂ, ਉਹ ਪੁਰਾਣਾ। ਮੈਂ ਆਪਣੀ ਅਕਸਰ ਮੈਂ ਹੁਣ ਗੱਲ ਕਰਦਾ ਨਾ, ਬਿਜਲੀ ਦਾ ਲੋਡ ਸ਼ੈਡ ਦਾ, ਬੱਤੀ ਦਾ ਰੌਲਾ ਚੱਲਦਾ, ਬੱਤੀ ਬੰਦ ਰਹਿੰਦੀ ਹੈ ਤੇ ਉਹ ਨਿਆਣੇ ਹੋਣ ਵਾਲੇ ਬਾਲ ਜਿਹੜੇ ਨਾ ਉਹ ਆਂਦੇ ਉਹ ਬੱਤੀ ਬੰਦ ਹੋ ਗਈ, ਮਰ ਗਏ। ਮੈਂ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਹੁੰਦਾ। ਮੈਂ ਪਰਸੋਂ ਚੌਥੀ ਆਪਣੀ ਅੰਮੀ ਨਾਲ ਗੱਲਾਂ ਕਰਨ ਡਿਆ ਵੀ ਅਸੀਂ ਸਵੇਰੇ 9 ਵਜੇ ਨੂੰ ਸਕੂਲਾਂ ਤੋਂ ਜਦੋਂ ਛੁੱਟੀਆਂ ਹੁੰਦੀਆਂ 3 ਮਹੀਨੇ ਦੀਆਂ ਛੁੱਟੀਆਂ, ਅਸੀਂ ਉਹ ਲਾਗੇ ਬੋਰਡ ਨੇ, ਪਹਿਲੋਂ ਬਹੁਤ ਹੁੰਦੇ ਸੀ ਬੋਰਡ ਪੇਪਰ, ਹੁਣ ਘੱਟ ਗਏ ਆ ਪਿੰਡਾਂ ਦੇ ਵਿੱਚ ਆਮ ਹੁੰਦੇ। ਅਸੀਂ ਸਾਰਾ ਦਿਨ ਉਹ ਡੰਗਰ ਥੱਲੇ ਬੰਨੇ ਹੋਣੇ, ਸਾਰਾ ਦਿਨ ਬੋੜਾਂ ਤੇ ਚੜ੍ਹ ਕੇ ਗੋਲਾਂ ਖਾਂਦੇ ਰਹਿਣਾ, ਖੇਡਦੇ ਰਹਿਣਾ। ਉਹ ਛੂਹ ਛੁਪਾਈ, ਲੁਕਣ ਮਿੱਟੀ, ਕਈ ਕੁਛ ਹੁੰਦਾ ਸੀ ਉਹ ਖੇਡਣ ਵਾਸਤੇ। ਤੇ ਜਦੋਂ ਭੁੱਖ ਲੱਗਣੀ ਨਾ ਦੁਪਹਿਰੇ, ਤੇ ਦੁਪਹਿਰੇ ਘਰ ਦੌੜ ਜਾਣਾ ਤੇ ਜਾ ਕੇ ਕਰਨਾ ਕਿ ਵੀ ਮਾਵਾਂ ਸਾਡੀਆਂ ਨੇ ਉਹ ਛਾਬਾ ਇੰਨਾ ਰੋਟੀਆਂ ਜਿਹੜੀਆਂ ਪਕਾ ਕੇ ਸਵੇਰੇ ਰੱਖ ਲੈਣੀਆਂ, ਉਹਨਾਂ ਨੂੰ ਘਿਓ ਲਾ ਕੇ, ਤੇ ਉਹ ਤੰਦੂਰ ਦੀਆਂ ਰੋਟੀਆਂ ਹੋਣੀਆਂ ਤੇ ਉਹ ਨਰਮ ਹੀ ਰਹਿੰਦੀਆਂ ਸਾਰਾ ਦਿਨ। ਤੇ ਉਹ ਨਾ ਦੁਪਹਿਰੇ ਤੇ ਗਰਮੀ ਬਹੁਤ ਹੋਣੀ ਤੇ ਆਉਣਾ, ਭੱਜੇ ਆਉਣਾ, ਬੋਰਡ ਤੋਂ ਉਤਰਨੀ, ਛਾਲ ਮਾਰਨੀ, ਭੱਜੇ ਆਉਣਾ। ਆ ਕੇ ਉਹ ਜਿਹੜੀ ਕਨਾਲੀ ਹੁੰਦੀ ਨਾ ਜਿਹ 'ਚ ਉਹ ਚਟਨੀ ਘੋਟੀ ਹੁੰਦੀ ਹੈ, ਉਹ ਕਨਾਲੀ ਦੇ ਸਾਈਡ ਤੇ ਚਟਨੀ ਘੋਟ ਕੇ ਨਾ ਸਾਈਡ ਤੇ ਉਹ ਚਿਪਕਾਈ ਹੁੰਦੀ ਜਿਹੜੀ ਆ ਉਹ ਚਟਨੀ। ਤੇ ਉਹ ਲੱਸੀ, ਅੱਧਾ ਗਲਾਸ ਲੱਸੀ ਵਿੱਚ ਸੁੱਟਣੀ, ਉਹ ਚਟਨੀ ਘੋਟਣੀ ਤੇ ਰੋਟੀ ਇੱਕ ਅੱਧੀ ਖਾਣੀ ਤੇ ਫਿਰ ਜਾ ਬੋੜਾਂ ਤੇ ਖੇਡਣਾ। ਮੈਂ ਕਿਹਾ ਵੀ ਹੁਣ ਤੇ ਉਦੋਂ ਤੇ ਹੁਣ ਦਾ ਜੇ ਕੰਪੈਰੀਟਿਵਲੀ ਆਪਾਂ ਵੇਖੀਏ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਨਾ ਸਾਡੇ ਰਹਿਣ ਸਹਿਣ ਦਾ, ਸਾਡੇ ਪਹਿਨਾਵੇ ਦਾ। ਖਾਸ ਤੌਰ ਤੇ ਜਦੋਂ ਦਾ ਇੰਟਰਨੈਟ ਆ ਗਿਆ ਨਾ, ਉਦੋਂ ਦੇ ਲੋਕ ਥੋੜਾ ਜਿਹਾ ਜ਼ਿਹਨੀ ਤੌਰ ਤੇ ਵਾਹਵਾ ਤਬਦੀਲੀਆਂ ਜਿਹੜੀਆਂ ਆ ਚੁੱਕੀਆਂ, ਆਉਣੀਆਂ ਸ਼ੁਰੂ ਹੋਈਆਂ। ਇਹ ਤੁਸੀਂ ਬਹੁਤ ਵਧੀਆ ਨਕਸ਼ਾ ਪੇਸ਼ ਕੀਤਾ ਜੀ, ਪਰ ਇਹਦੇ ਵਿੱਚੋਂ 2-3 ਗੱਲਾਂ ਹੋਰ ਵੀ ਨਿਕਲੀਆਂ ਜੀ। ਇੱਕ ਤਾਂ ਪਹਿਲਾਂ ਮੈਂ ਆਪਣਾ ਵੀ, ਸਾਡਾ ਵੀ ਬਚਪਨ ਲਗਭਗ ਇਹੀ ਸੀਗਾ ਜੀ ਜਿਹੜਾ ਤੁਸੀਂ ਦੱਸ ਰਹੇ ਆ। ਪੰਜਾਬ ਦੇ ਵਿੱਚ ਜਿਹੜੀ ਤਰੱਕੀ ਹੋਈ ਆ ਚੜ੍ਹਦੇ 'ਚ ਵੀ, ਉਹ ਥੋੜ੍ਹੇ ਚਿਰ ਤੋਂ ਹੀ ਹੋਈ ਆ। ਸਾਡੇ ਛੋਟੇ ਹੁੰਦਿਆਂ ਤਾਂ ਸਾਡੇ ਘਰ ਇੱਕ ਪੱਖਾ ਹੁੰਦਾ ਸੀਗਾ ਜੀ ਬਸ, ਅਤੇ ਉਹ ਜਿਹੜਾ ਪੱਖੇ ਮੂਹਰੇ ਬਹਿ ਗਿਆ, ਟੇਬਲ ਫੈਨ ਮੂਹਰੇ, ਉਹਦੇ ਲਈ ਉਹ ਫਾਇਦਾ ਆ। ਜਿਹੜਾ ਨਹੀਂ ਬੈਠਿਆ ਤਾਂ ਜੇ ਕੋਈ ਪਰੇ ਬਹਿ ਗਿਆ, ਉਹ ਘੁੰਮਦਾ ਵੀ ਨਹੀਂ ਹੁੰਦਾ ਸੀ, ਇੱਕੋ ਪਾਸੇ ਨੂੰ ਉਹ ਚੱਲਦਾ ਹੁੰਦਾ ਸੀ। ਉਹ ਨਾ ਭਾਈ 2008 ਤੱਕ ਨਾ ਪੱਖੇ ਤੋਂ ਚੇਤਾ ਆ ਗਿਆ ਵੀ ਅਸੀਂ ਆ ਪੰਜ ਭਰਾ, ਅਤੇ 2 ਸਾਡੀਆਂ ਭੈਣਾਂ ਅਤੇ ਮਾਂ ਪਿਓ। ਤੇ ਉਹ ਵਿਹੜੇ ਹਲੇ ਵੀ ਪਿੰਡਾਂ ਦੇ ਖੁੱਲ੍ਹੇ ਹੀ ਆ ਸਾਡੇ, ਵੀ ਵੱਡੇ ਵੱਡੇ ਵਿਹੜੇ ਨੇ, ਘਰ ਵੱਡੇ ਵੱਡੇ। ਤੇ ਇੱਕ ਪਾਸੇ ਉਹ ਪੱਖਾ ਲੱਗਾ ਹੋਣਾ ਤੇ ਮੱਝੀਆਂ ਡੱਠੀਆਂ ਆਣੀਆਂ ਲੈਣ ਤੇ ਸਾਰੀਆਂ ਇੱਦਾਂ ਹੁੰਦਾ ਸੀ। ਹਾਂਜੀ, ਉਹ ਜਿਹੜਾ ਲੱਗ ਗਿਆ ਹੁੰਦਾ ਸੀ ਉਹਦਾ ਮੱਛਰ ਉੱਡ ਜਾਣਾ, ਜਿਹੜਾ ਸਭ ਤੋਂ ਦੂਰ ਉਹਨੂੰ ਹਵਾ ਵੀ ਨਹੀਂ ਲੱਗਣੀ। ਉਹ ਮੈਂ ਤਾਂ ਛਿੰਦਾ ਸਾਰਿਆਂ ਤੋਂ, ਮੈਂ ਵਿਚਕਾਰ ਲਾਣਾ ਸਾਰੇ ਭੈਣ ਭਰਾਵਾਂ ਤੋਂ, ਤੇ ਮੈਂ ਛਿੰਦਾ ਤੇ ਮੇਰੀ ਮੰਜੀ ਪੱਖੇ ਦੇ ਅੱਗੇ ਹੁੰਦੀ ਸੀ ਸਾਰਿਆਂ ਨੂੰ। ਉਹ ਅਕਸਰ ਹੱਸਦੇ, ਉਹ ਮੇਰਾ ਇੱਕ ਬੇਲੀ ਉਹਦੇ ਨਾ ਵੀ ਉਹਨਾਂ ਦੇ ਮਤਲਬ ਵੀ ਵਾਲ ਸਾਹਿਬ ਸਾਡੇ ਵੱਲ ਤੋਂ ਥੋੜੇ ਵੱਡੇ, ਉਹਨਾਂ ਦੇ ਵਿਆਹ ਹੋ ਗਏ ਸਾਰੇ ਭਰਾਵਾਂ ਦੇ ਪਹਿਲਾਂ ਹੀ ਇਸੇ ਹੀਰਾ ਦੇ ਵਿੱਚ ਹੀ ਨਾ। ਤੇ ਉਹ ਆਂਦਾ ਵੀ ਉਹਨਾਂ ਦੇ ਗਾਂਹ ਬਾਲ ਵੀ ਹੋ ਗਏ, ਆਂਦਾ ਵੀ ਰਾਤ ਨੂੰ ਜਦੋਂ ਘਰ ਜਾਈਏ ਨਾ ਤੇ ਐਂ ਲੱਗਦਾ ਵੀ ਕਿਸੇ ਹਸਪਤਾਲ ਆ ਗਏ, ਵੀ ਬੈੱਡ ਲੱਗੇ ਮੰਜੀਆਂ ਲੱਗੀਆਂ ਥੋੜਾ ਥੋੜਾ ਉੱਦਾਂ। ਤੇ ਹੁਣ ਸੋਚਿਆ ਜਾਵੇ ਗੱਲ ਤਾਂ ਇਹੀ ਸੀ, ਖਾਸ ਕਰਕੇ ਜਦੋਂ ਆਪਾਂ ਛੱਤਾਂ ਪਰ ਸੌਂਦੇ ਹੁੰਦੇ ਸੀ ਗਰਮੀਆਂ ਨੂੰ, ਸਾਡੇ ਛੱਤਾਂ ਪਰ ਸੌਂਦੇ ਹੁੰਦੇ ਸੀ ਜੀ, ਤੇ ਫਿਰ ਮੀਂਹ ਆ ਜਾਣਾ। ਤੇ ਮੈਂ ਦੇਖਿਆ ਕਿ ਨਾ ਇੱਕ ਵਾਰ ਐਵੇਂ ਮਾੜੀ ਜਿਹੀ ਭੂਰ ਜਿਹੀ ਪਈ, ਅਸੀਂ ਤਿੰਨੋਂ ਭਰਾ ਇੱਕ ਲਾਈਨ 'ਚ ਸੌਂਦੇ ਹੁੰਦੇ ਸੀ ਇੱਕ ਪਾਸੇ ਸਾਡੇ ਘਰ ਦੀ ਛੱਤ ਤੇ। ਹਾਂਜੀ, ਤੇ ਮਾੜੀਆਂ ਜਿਹੀਆਂ ਕਿਣੀਆਂ ਪੈਣ ਲੱਗੀਆਂ ਤੇ ਸਾਡਾ ਗੁਆਂਢੀ ਨਾ ਮੰਜੇ ਲਾਉਣ ਲੱਗ ਪਿਆ ਸਾਰੇ ਟੱਬਰ ਦੇ। ਹਾਂਜੀ, ਤੇ ਅਸੀਂ ਦੇਖਿਆ, ਅਸੀਂ ਕਿਹਾ ਯਾਰ ਇੰਨਾ ਮੀਂਹ ਤਾਂ ਲੱਗਦਾ ਨਹੀਂ, ਇਹ ਪਤਾ ਨਹੀਂ ਉਹ ਜੀ ਉਹਨੇ ਲਾ ਲੈ ਸਾਰੇ। ਬੜਾ ਔਖਾ ਹੋਇਆ, ਥੱਲੇ ਨੂੰ ਫੜਾ ਕੇ ਨਾ ਮੰਜੇ ਅਸੀਂ ਦੇਖੀ ਜਾਈਏ ਕੀ ਕਰ ਰਹੇ ਆ। ਚਲੋ ਉਹਨੂੰ ਅੱਧਾ ਪੌਣਾ ਘੰਟਾ ਲੱਗਾ ਤੇ ਅਸੀਂ ਉੱਥੇ ਹੀ ਪਏ ਰਹੇ। ਤੇ ਉਹ ਜੀ ਮੀਂਹ ਦੀਆਂ ਦੋ ਚਾਰ ਕਣੀਆਂ ਜਿਹੀਆਂ ਪਈਆਂ ਤੇ ਉਹ ਹਟ ਗਈਆਂ, ਤੇ ਉਹ ਥੱਲੇ ਉਹਨਾਂ ਨੂੰ ਗਰਮੀ ਲੱਗੀ ਹੋਣੀ ਆ, ਤੇ ਫੇਰ ਉਹ ਸਾਰਾ ਟੱਬਰ ਮੰਜੇ ਚੜਾਉਣ ਲੱਗ ਪਿਆ। ਉਹ ਏਦਾਂ ਕਰਨਾ ਨਾ ਛੱਤਾਂ ਤੋਂ ਵੀ ਉਹ ਇੱਕ ਜਾਣੇ ਨੇ ਆਖਣਾ ਵੀ ਚੱਲ ਤੂੰ ਥੱਲੇ ਹੋਣੀ, ਇੱਕ ਜਾਣੇ ਨੇ ਮੰਜੇ ਠਾਹ ਲਮਕਾਉਣਾ, ਇੱਕ ਨੇ ਫੜਨਾ, ਮੰਜੇ ਲੱਸ ਜਾਣੇ, ਫਿਰ ਉੱਤੋਂ ਬਿਸਤਰੇ ਠਾਹ ਸੁੱਟਣੇ। ਤੇ ਉਹ ਜੇ ਹੁੰਦੇ ਸੀ ਆ ਬਰਾਂਡੇ ਟਾਈਪ ਨਾ ਸਬਾਤਾਂ, ਉਹਨਾਂ ਨੂੰ ਸਬਾਤਾਂ ਤੇ ਉਹਨਾਂ 'ਚ ਵੜ ਕੇ ਫਿਰ ਸੌਣਾ। ਦੇਖ ਲਓ ਕਿੱਦਾਂ ਕਿੰਨੀ ਜ਼ਿੰਦਗੀ ਬਦਲ ਗਈ ਆ। ਪਰ ਇਹ ਤੋਂ ਇੱਕ ਦੂਜਾ ਸਵਾਲ ਇਹ ਉੱਠਿਆ ਜੀ ਕਿ ਜਦੋਂ ਹੁਣ ਮੈਨੂੰ ਬਹੁਤ ਸਾਰੇ ਇਹ ਲੋਕ ਕਹਿੰਦੇ ਆ, ਕਿਉਂਕਿ ਸਾਡੇ ਦੋਹਾਂ ਦੇਸ਼ਾਂ ਵਿੱਚ ਮਿੱਤਰ ਆ, ਜਿੱਦਾਂ ਤੁਸੀਂ ਵੀ ਇਹ ਗੱਲ ਕਹੀ ਆ ਕਿ ਪੰਜਾਬ ਜਿਹੜਾ ਉਹ ਪੁਰਾਣਾ ਸਾਡੇ ਵੱਲ ਦੇਖਣ ਨੂੰ ਬਹੁਤ ਮਿਲਦਾ। ਜਿਨ੍ਹਾਂ ਲੋਕਾਂ ਨੇ ਤਰੱਕੀ ਕਰ ਲਈ ਆ ਉਹ ਸਾਡੇ ਪੰਜਾਬੀਆਂ ਦੇ ਸਿਰ 'ਤੇ ਨਾ ਉਹ ਪੁਰਾਣਾ ਪੰਜਾਬ ਦੇਖਣਾ ਚਾਹੁੰਦੇ ਆ। ਉਹ ਕਹਿੰਦੇ ਤੁਸੀਂ ਤਰੱਕੀ ਨਾ ਕਰੋ, ਤੁਸੀਂ ਆਪਣੇ ਟਰੈਕਟਰ ਨਾ ਲਓ, ਤੁਸੀਂ ਬਲਦਾਂ ਨਾਲੇ ਵਾਹੀ ਜਾਓ, ਇਹ ਕਿੰਨਾ ਵਧੀਆ ਪੰਜਾਬ, ਉਹ ਇੱਦਾਂ ਕਹਿੰਦੇ। ਪਰ ਜਦੋਂ ਸਾਡੇ ਪੰਜਾਬ ਦੇ ਲੋਕ ਇਕਨੋਮਿਕ ਤੌਰ 'ਤੇ ਤਰੱਕੀ ਕਰਦੇ ਆ ਤਾਂ ਉਹਦੇ ਉਸ ਸੱਭਿਆਚਾਰ ਵਿੱਚ ਵੀ ਤਾਂ ਤਬਦੀਲੀ ਆਉਣੀ ਆ। ਫਿਰ ਤਾਂ ਕੀ ਹੋ ਗਿਆ, ਤਬਦੀਲੀ ਤਾਂ ਵੇਖੋ ਜੀ ਟਾਈਮ ਵਕਤ ਦੇ ਨਾਲ ਤਬਦੀਲੀ ਜਿਹੜੀ ਆ, ਬਦਲਾਅ ਜਿਹੜਾ ਆਉਂਦਾ ਹੀ ਰਹਿੰਦਾ। ਹਾਂਜੀ, ਅਸੀਂ ਆਪਣੇ ਪੁਰਾਣੇ ਅੱਬਿਆਂ ਦੀ, ਆਪਣੇ ਵੱਡਿਆਂ ਦੀ ਗੱਲ ਕਰਦੇ ਆ, ਉਹ ਸਾਡੇ ਤੋਂ ਹੋਰ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਸੀ, ਬਿਲਕੁਲ ਪਹਿਨਾਵਾ ਵੱਖਰਾ ਸੀ, ਉਹਨਾਂ ਦਾ ਕੰਮ ਦਾ ਸਟਾਈਲ ਵੱਖਰਾ ਸੀ, ਉਹਨਾਂ ਦੀ ਖੇਤੀ ਵੱਖਰੀ ਸੀ, ਉਹਨਾਂ ਦੇ ਰਹਿਣ ਦਾ ਤਰੀਕਾ ਵੱਖਰਾ ਸੀ, ਉਹ ਸਾਰਾ ਕੁਛ ਉਦੋਂ ਵੱਖਰਾ ਸੀ। ਅਸੀਂ ਜਦੋਂ ਉਹਨਾਂ ਦੀਆਂ ਗੱਲਾਂ ਉਦੋਂ ਸੁਣਦੇ ਸਾਂ, ਅਸੀਂ ਆਉਂਦੇ ਸਾਂ ਯਾਰ ਇੱਦਾਂ ਕਿਵੇਂ ਹੋ ਸਕਦਾ। ਤੇ ਜਦੋਂ ਹੁਣ ਅਸੀਂ ਗਾਂ ਆਪਣੇ ਬਾਲਾਂ ਨੂੰ ਸੁਣਾਉਂਦੇ ਵੀ ਅਸੀਂ ਇੱਦਾਂ ਹੋਂਦੇ, ਇਹ ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਟਾਈਮ ਟੂ ਟਾਈਮ ਜਿਹੜੀਆਂ ਤਬਦੀਲੀਆਂ ਜਿਹੜੀਆਂ ਵਾ। ਅਸੀਂ ਉਹ ਨਾ ਮੇਰੇ ਅੱਬਾ ਜੀ ਦੱਸਦੇ ਹੁੰਦੇ ਆ, 1965 'ਚ ਨਾ ਸਾਡੇ ਪਿੰਡ ਬੱਤੀ ਆਈ ਨਾ ਪਹਿਲੀ ਵਾਰੀ, ਤੇ ਉਦੋਂ ਉਹ ਟਰੈਕਟਰ ਨਵੇਂ ਆਏ, ਤੇ ਰੂਸੀ ਟਰੈਕਟਰ ਸਾਡੇ ਲੈਲਪੁਰ 'ਚ ਨਾ 8 ਰੂਸੀ ਟਰੈਕਟਰ ਉਹ ਵੱਡੇ ਜਿਹੜੇ ਆਉਂਦੇ ਆ ਜਿਹਨੂੰ ਤੁਹਾਡੇ ਬਾਈਲਾਰਸ ਮੇਰਾ ਖਿਆਲ ਕਹਿੰਦੇ ਆ। ਅੱਛਾ ਜੀ, ਉਹ 8 ਟਰੈਕਟਰ ਆਏ। ਉਹ ਇੱਕ ਟਰੈਕਟਰ ਅਸੀਂ ਲਿਆਂਦਾ ਨਾ, ਮੇਰੇ ਦਾਦਾ ਜੀ ਨੇ ਲਿਆਂਦਾ, ਆਲੂ ਬੜੇ ਬੀਜਦੇ ਹੁੰਦੇ ਸੀ ਤੇ ਉਹ ਸ਼ਹਿਰ ਲੈ ਕੇ ਜਾਣੇ ਉਹ ਸੁੱਟਣ ਵਾਸਤੇ ਮੰਡੀ, ਤੇ ਉਹ ਟਰੈਕਟਰ ਲਿਆਂਦਾ। ਤੇ ਉਹ ਮੇਰੇ ਅੱਬਾ ਕਹਿੰਦੇ ਵੀ ਬੜੀ ਦੂਰੋਂ ਲੋਕ ਵੇਖਣ ਆਏ, ਕੋਈ ਇਹਨਾਂ ਨੇ ਲੰਬੜਦਾਰਾਂ ਨੇ ਨਾ ਕੋਈ ਵੱਡੀ ਬਲਾਂ ਲੈਣ ਦੀ ਆ ਜੰਗਲੀ ਇੱਕ ਆਇਆ, ਉਹ ਜੰਗਲੀ ਸਾਡੇ ਆਂਦੇ ਵੀ ਜਿਹਨਾਂ ਦਾ ਸਾਡੇ ਬਿਲਕੁਲ ਦਰਿਆ ਤੇ ਬੈਠੇ ਨਾ ਲੋਕ, ਉਹਨਾਂ ਦਾ ਚੰਗਵੀ ਲਹਿਜਾ ਹੋਰ ਤਰ੍ਹਾਂ ਦਾ, ਬੜਾ ਮਿੱਠਾ ਲਹਿਜਾ ਉਹਨਾਂ ਦਾ, ਉਹ ਚੰਗਵੀ ਕਹਿ ਲਓ ਜਾਂ ਜੰਗਲੀ ਕਹਿ ਲਓ, ਜੰਗਲੀ ਥੋੜਾ ਜਿਹਾ ਔੜ ਲੱਗਦਾ, ਚੰਗਵੀ ਲਹਿਜਾ। ਉਹ ਮੇਰੇ ਦਾਦੇ ਉਹਨਾਂ ਦੇ ਦੋਸਤ ਆਂਦੇ ਲੰਬੜਦਾਰਾ ਆ ਕੇ ਬੁਲਾ ਲੈ ਆਂਦੀ ਹੋਈ ਏਡੀ ਤਰਕੜੀ। ਇੱਕ ਦੀ ਮੈਨੂੰ ਦੇਬੀ ਭਾਜੀ ਹੁਣੀ ਗੱਲ ਦੱਸੀ ਇੱਕ ਵਾਰ, ਉਹ ਉਹਨਾਂ ਦਾ ਉੱਧਰ ਨਾ ਯੂਪੀ ਵੱਲ ਹੁੰਦਾ ਸੀਗਾ ਫਾਰਮ ਰਾਮ ਰਾਜ, ਤੇ ਜਦੋਂ ਉਹਨਾਂ ਦਾ ਰਿਸ਼ਤਾ ਹੋ ਗਿਆ ਨਾ ਬਾਹਰ ਜੀ ਕੈਨੇਡਾ 'ਚ, ਤੇ ਉੱਥੇ ਆਪਣੇ ਟੂਬਲ 'ਤੇ ਬੈਠੇ ਤੇ ਕਹਿੰਦੇ ਮੈਨੂੰ ਆ ਤੁਹਾਡੇ ਗੱਲ ਯਾਦ ਆਈ ਆ ਪਈ, ਜਿੱਦਾਂ ਜਿਹੜੇ ਬੰਦੇ ਬਹੁਤ ਦੇਸੀ ਪਿੰਡਾਂ 'ਚ ਰਹਿੰਦੇ ਸੀਗੇ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਕਿ ਕਿੱਥੇ ਕੀ ਹੋ ਰਿਹਾ ਦੁਨੀਆ 'ਚ, ਉਹਨਾਂ ਦੀ ਆਪਣੀ ਜ਼ਿੰਦਗੀ ਬਹੁਤ ਛੋਟੀ ਆ, ਉਹਨਾਂ ਨੂੰ ਟਰੈਕਟਰ ਵੀ ਬਲਾ ਹੀ ਲੱਗਦਾ। ਤੇ ਉਹ ਦੇਬੀ ਭਾਜੀ ਕਹਿੰਦੇ ਅਸੀਂ ਟੂਬਲ 'ਤੇ ਬੈਠੇ ਜੀ, ਤੇ ਕਹਿੰਦੇ ਅਸੀਂ ਗੱਲਾਂ ਕਰੀਏ, ਤੇ ਕਹਿੰਦਾ ਮੈਂ ਆਪਣੇ ਮਿੱਤਰਾਂ ਨੂੰ ਦੱਸਾਂ ਕਿ ਮੈਂ ਯਾਰ ਹੁਣ ਕੈਨੇਡਾ ਚਲ ਜਾਣਾ, ਪਤਾ ਨਹੀਂ ਕੈਨੇਡਾ ਇੱਦਾਂ ਹੋਊਗਾ। ਉਹ ਕੈਨੇਡਾ ਦੀਆਂ ਆਪਸ ਵਿੱਚ ਗੱਲਾਂ ਕਰਨ, ਅੰਦਾਜ਼ੇ ਹੀ ਹੁੰਦੇ ਸੀ ਉਦੋਂ। ਤੇ ਉਹ ਕਹਿੰਦੇ ਕਿ ਸਾਡਾ ਉੱਥੇ ਇੱਕ ਬੰਦਾ ਕੰਮ ਕਰਦਾ ਸੀ ਤਾਂ ਮੇਰੇ ਕੋਲ ਆਇਆ, ਕਹਿੰਦਾ ਸਰਦਾਰ ਜੀ ਇੱਕ ਗੱਲ ਪੁੱਛਾਂ। ਹਾਂਜੀ। ਤੇ ਕਹਿੰਦਾ ਮੈਂ ਕਿਹਾ ਦੱਸੋ। ਕਹਿੰਦੇ ਕੋਈ ਔਰ ਮੁਲਕ ਵੀ ਹੋਵੇ? ਹਾਂਜੀ। ਸਿੱਧੇ ਲੋਕ, ਸਿੱਧੇ ਲੋਕ ਸੀ। ਹਾਂ ਹਾਂ, ਮੈਂ ਕਿਹਾ ਉਹਨਾਂ ਨੂੰ ਇੱਦਾਂ ਲੱਗਾ ਜੀ ਵੀ ਇਹ ਕਿਸੇ ਹੋਰ ਹੀ ਦੁਨੀਆਂ ਦੀ ਗੱਲ ਕਰਦੇ ਆ, ਉਹ ਦੁਨੀਆਂ ਹੋਰ ਲੱਗਦੀ ਸੀ। ਉਹ ਲੱਗਦਾ ਵੀ ਜਿਵੇਂ ਨਾ ਤਖਯਲਾਤੀ ਜੀ ਦੁਨੀਆ, ਇਮੇਜਨਰੀ ਦੁਨੀਆ, ਵੀ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਲੱਗਦੀਆਂ। ਤੇ ਅੱਜ ਵਾਲੇ ਦੌਰ ਨਾਲ ਜਦੋਂ ਉਹਨੂੰ ਕੰਪੇਅਰ ਕਰਦੇ ਆ ਤਾਂ ਬੜਾ ਵੱਖਰਾ ਜਿਹਾ ਲੱਗਦਾ। ਲੋਕ ਸਿੱਧੇ ਸੱਚੇ। ਉਹ ਸਾਡਾ ਨਾ ਇੱਕ ਹੈ ਅੱਬੂ ਉਹਨਾਂ ਦੀ ਫੁੱਫੀ ਦਾ ਪੁੱਤ, ਭੂਆ ਦਾ ਪੁੱਤ, ਉਹ ਛੀਨੇ ਆ ਬਰਾਤ ਬਹੁਤ ਉਹਨਾਂ ਦੀ ਨਾ। ਤੇ ਉਹ ਮਾਲ ਡੰਗਰੋਂ ਤੋਂ ਇਕੱਠਾ ਹੁੰਦਾ ਸੀ ਸਾਰਿਆਂ ਦਾ ਨਾ, ਬਾਹਰ ਪਿੰਡ ਤੋਂ ਬਾਹਰ ਹਵੇਲੀ ਹੋਣੀ ਤੇ ਮਾਲ ਡੰਗਰ ਬਾਹਰ ਵੱਜਾ ਹੋਣਾ। ਉਹ ਚੋਰ ਬੜੇ ਪੈਂਦੇ ਹੁੰਦੇ ਸੀ ਉਦੋਂ, ਕੱਛੇ ਪਾ ਕੇ ਤੇ ਉਹ ਕਾਲੀ ਮਲ ਕੇ, ਉਹ ਕੀ ਉਹਨੂੰ ਕਹਿੰਦੇ ਆ, ਉਹ ਗਰੀਸ ਮਲ ਕੇ, ਉਹ ਉਦੋਂ ਚੋਰ ਆਉਂਦੇ ਹੁੰਦੇ ਸੀ ਨਾ ਪਿੰਡਾਂ 'ਚ। ਸ਼ਾਇਦ ਤੁਹਾਨੂੰ ਸਾਡੇ ਪਾਸੇ, ਸਾਡੇ ਵਾਲੇ ਪਾਸੇ ਵੀ ਇੱਦਾਂ ਹੁੰਦਾ ਹੋਵੇ ਵੀ ਉਹ ਜੇ ਕੋਈ ਫੜੂਗਾ। ਸਾਡੇ ਕਹਿੰਦੇ ਹੁੰਦੇ ਸੀ ਕਾਲੇ ਕੱਛਿਆਂ ਵਾਲੇ ਆ ਗਏ, ਸਾਨੂੰ ਪਤਾ ਨਹੀਂ, ਉਹ ਐਵੇਂ ਅਫਵਾਹਾਂ ਹੀ ਹੁੰਦੀਆਂ ਸੀ, ਪਰ ਤੁਸੀਂ ਤਾਂ ਫਿਰ ਸਹੀ। ਅੱਛਾ ਜੀ, ਇੱਥੋਂ ਗੱਲ ਆਈ। ਉਹ ਨਹੀਂ, ਉਹ ਇਹ ਆ ਵੀ ਉਹਨਾਂ ਨੇ ਲਾਈ ਨਹੀਂ ਉਹਦੇ ਦੌਰ 'ਚ। ਉਦੋਂ ਕਿਹੜਾ ਵੈਪਨ ਹੁੰਦੇ ਸਨ ਉਹ ਨਾਲ। ਉਹਦੇ ਹੁੰਦਾ ਸੀ ਨਾ ਵੀ ਉਹ ਇਸ ਪ੍ਰੋਸਪੈਕਟਿਵ ਨਾਲ ਲਾਉਣੇ, ਉਹ ਗਰੀਸ ਲਾਉਣੀ ਕਾਲੀ, ਵੀ ਇੱਕ ਤੇ ਦਿਸੂਗਾ ਨਾ ਤੇ ਦੂਸਰਾ ਜੇ ਕੋਈ ਫੜੂਗਾ ਤੇ ਹੱਥ 'ਤੇ ਲੱਗ ਜੂਗਾ। ਉਹ ਅੱਛਾ, ਇਹ ਇਸ ਪੁਆਇੰਟ ਆਫ ਵਿਊ ਹੁੰਦਾ ਸੀ ਨਾ ਉਦੋਂ ਲੋਕਾਂ ਦਾ। ਤੇ ਉਹ ਨਾ ਉਹ ਡੰਗਰ ਬੰਨੇ ਬਾਹਰ ਤੇ ਉਹ ਚੋਰ ਪੈ ਗਏ ਨਾ। ਤੇ ਚੋਰ ਇਸ ਤਰ੍ਹਾਂ ਪੈ ਗਏ ਵੀ ਉਹ ਸੀ ਮਾਲ ਡੰਗਰਾਂ ਦੇ ਨਾ, ਜਿੱਥੇ ਡੰਗਰ ਸੀ ਉਹਨਾਂ ਦੀ ਰਾਖੀ ਨੂੰ, ਵੀ ਜਵਾਨ ਸੀ, ਤਗੜਾ ਸੀ। ਆਂਦਾ ਉਹ ਆਪਣੀ ਬੜੇ ਸਟਾਈਲ ਨਾਲ ਗੱਲ ਸੁਣਾਉਂਦਾ। ਆਂਦਾ ਵੀ ਮੈਂ ਗਰਗਾਬੀ ਜੁੱਤੀ ਪਾਈ, ਉਹਨੂੰ ਜਿਹੜੀ ਚਮਕਦੀ ਹੁੰਦੀ ਸੀ ਨਾ ਗਰਗਾਬੀ। ਹਾਂਜੀ ਹਾਂਜੀ, ਗਰਗਾਬੀ। ਹਾਂਜੀ, ਧੋਤੀ ਬੰਨੀ ਤੇ ਮੈਂ ਬੜਾ ਉਹਦਾ ਜਵਾਨ ਸੀ, ਆਂਦਾ ਲਸ਼ਪਸ਼ ਹੁੰਦਾ ਮੇਰੀ। ਆਂਦਾ ਹਵਾ ਹੀ ਨਹੀਂ ਸੀ ਮਾਣ। ਆਂਦਾ ਮੈਂ ਉਹ ਥੋੜਾ ਜਿਹਾ ਡੰਗਰਾਂ ਤੋਂ ਬਾਹਰ ਨਾ, ਉਹ ਬਾਹਰ ਬਹਿਣ ਕਹਿੰਦੇ ਹੁੰਦੇ ਸੀ ਵੀ ਬਾਹਰ ਬਹਿਣ ਗਿਆ, ਮਤਲਬ ਵੀ ਪਿਸ਼ਾਬ ਕਰਨ ਗਿਆ ਨਾ, ਥੋੜਾ ਜਿਹਾ ਪਰਾਂ। ਆਂਦਾ ਉਹਨਾਂ ਚੋਰਾਂ ਨੇ ਨਾ ਉੱਥੋਂ ਹੀ ਆ ਕੇ ਮੈਨੂੰ ਕਾਬੂ ਕਰ ਲਿਆ ਵੀ ਇਹ ਮਾਲ ਦੇ ਹਵੇਲੇ ਬੈਠਾ। ਤੇ ਆਂਦਾ ਮੈਨੂੰ ਆਂਦੇ ਵੀ ਤੇਰੀ ਚਾਦਰ ਲਾ ਕੇ ਨਾ, ਧੋਤੀ ਲਾ ਕੇ ਤੇਰੇ ਹੱਥ ਬੰਨਣੇ ਆ ਵੀ ਨਹੀਂ ਤੇ ਤੈਨੂੰ ਮਾਰ ਦੇਣਾ, ਅਸੀਂ ਛੁਰਾ ਮਾਰ ਦੇਣਾ। ਆਂਦਾ ਗੱਲ ਸੁਣ ਲਓ ਮੇਰੀ, ਮੈਂ ਆ ਪਿੰਡ ਦਾ ਚੌਧਰੀ ਬੰਦਾ, ਵੀ ਮੈਂ ਤਾਂ ਬੜਾ ਆਪਣੇ ਆਪ 'ਚ ਰਹਿਣਾ। ਜੇ ਸਵੇਰੇ ਤੂੰ ਪਿੰਡ ਵਾਲੇ ਆ ਕੇ ਵੇਖਣਗੇ ਵੀ ਵਲੀ ਮੁਹੰਮਦ ਛੀਨੇ ਨੂੰ ਇਹਨਾਂ ਨੇ ਬੰਨਿਆ ਧੋਤੀ ਦੇ ਨਾਲ, ਤੇ ਆਂਦਾ ਵੀ ਤੁਹਾਡੇ ਉਸ ਮਰਨ ਨਾਲੋਂ ਧਾਦਾ ਮਾਰ ਦੋਗੇ ਤੇ ਉਹ ਬਾਰੇ 'ਚ ਹੈ ਵੀ ਇੱਦਾਂ ਨਹੀਂ ਹੋ ਸਕਦਾ। ਆਂਦਾ ਵੀ ਤੁਸੀਂ ਇੱਦਾਂ ਕਰੋ ਵੀ ਤੁਸੀਂ ਜਿੱਥੇ ਕਹਿੰਦੇ ਜੇ ਨਾ ਉੱਥੇ ਮੈਂ ਬੈਠਾ ਰਹੂੰਗਾ, ਤੇ ਕਹੋਗੇ ਨਾ ਵੀ ਸਵੇਰੇ ਉੱਠ ਤੇ ਮੈਂ ਸਵੇਰੇ ਉੱਠੂੰਗਾ, ਪਰ ਆਹ ਬਿਜਤੀ ਮੈਨੂੰ ਬਰਦਾਸ਼ਤ ਨਹੀਂ ਹੈਗੀ ਵੀ ਸਵੇਰੇ। ਆਂਦਾ ਫਿਰ ਆਂਦਾ ਵੀ ਮੇਰਾ ਕੰਮ ਵੇਖ। ਉਹਦੇ ਚੋਰ ਆਂਦੇ ਵੀ ਵਾਕਿਆ ਹੀ? ਆਂਦਾ ਹਾਂ। ਆਂਦਾ ਤੁਸੀਂ ਜਾਓ ਆਪਣਾ ਕੰਮ ਕਰੋ। ਉਹ ਪਿੰਡ ਗਏ, ਉਹਨਾਂ 2-3 ਘਰ ਫਿਰੇ, ਜੋ ਕੁਛ ਉਹਨਾਂ ਲੱਭਾ ਲੁੱਟ। ਆਂਦਾ ਮੈਂ ਨਹੀਂ ਲਿਆ ਭਾਈ, ਉਹਨਾਂ ਨਾਲ ਗੱਲ ਕੀਤੀ ਸੀ, ਵਚਨ ਦਿੱਤਾ ਸੀ ਵੀ ਉਹਨਾਂ ਨੇ ਵਚਨ ਦਿੱਤਾ ਸੀ ਵੀ ਜੇ ਮੈਂ ਇੱਦਾਂ ਕਰ ਲਿਆ ਤੇ ਕੰਮ ਖਰਾਬ ਹੋ ਜਾਣਾ। ਆਪਣਾ ਵਚਨ ਆਂਦਾ ਪੂਰਾ ਕੀਤਾ। ਫਿਰ ਇਸ ਤਰ੍ਹਾਂ ਲੋਕ ਵੀ ਸਿੱਧੇ ਲੋਕ ਸੀ। ਮੇਰੀ ਕੋਸ਼ਿਸ਼ ਹੁੰਦੀ ਆ ਜੀ ਢਿੱਲੋਂ ਸਾਹਿਬ ਪੰਜਾਬੀ ਪੋਡਕਾਸਟ ਦੇ ਵਿੱਚ ਕਿ ਬਸ ਇੱਦਾਂ ਖੁੱਲੀਆਂ ਗੱਲਾਂ ਚੱਲਣ, ਪਰ ਤੁਹਾਡਾ ਜਿਹੜਾ ਚੈਨਲ ਆ, ਤੁਸੀਂ ਸੀਰੀਅਸ ਤੌਰ 'ਤੇ ਇਸ ਵਿਸ਼ੇ 'ਤੇ ਬਹੁਤ ਜ਼ਿਆਦਾ ਲੱਗੇ ਹੋਏ ਆ, ਪੰਜਾਬੀਆਂ ਨੂੰ ਇਕੱਠਾ ਕਰਨ ਦੇ ਵਿੱਚ। ਅਤੇ ਇਹਦੇ ਕਰਕੇ ਨਾ ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ, ਅਤੇ ਤੁਹਾਡਾ ਦੋਨਾਂ ਪੰਜਾਬਾਂ ਦੇ ਲੋਕਾਂ ਨਾਲ ਬੜਾ ਵਾਹ ਵਾਸਤਾ ਰਹਿੰਦਾ। ਪਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਆ ਜੀ ਕਿ ਦੋਨਾਂ ਪੰਜਾਬਾਂ ਨੂੰ ਤਾਂ ਆਪਾਂ ਇਕੱਠਾ ਕਰਨਾ ਹੀ ਕਰਨਾ, ਪਰ ਆਪਣੇ ਆਪਣੇ ਪੰਜਾਬ 'ਚ ਵੀ ਤੁਸੀਂ ਦੇਖ ਲਓ, ਹੁਣ ਸੱਜੇ ਬਾਂਹ ਨੂੰ ਪਤਾ ਨਹੀਂ ਖੱਬੀ ਬਾਂਹ ਕਿੱਥੇ ਆ, ਅਤੇ ਸੱਜੇ ਹੱਥ ਨੂੰ ਪਤਾ ਨਹੀਂ ਖੱਬਾ ਹੱਥ ਕੀ ਕਰ ਰਿਹਾ। ਹਾਂਜੀ। ਅਤੇ ਜਿੱਦਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਹੀ ਦੇਖ ਲਓ ਤਾਂ ਆਪਣੇ ਕਿੰਨਾ ਫਰਕ ਪੈ ਗਿਆ। ਅਤੇ ਪਿੰਡਾਂ ਵਾਲੇ ਲੋਕ ਹੋਰ ਤਰ੍ਹਾਂ ਸਮਝਦੇ ਆ ਪੋਲੀਟਿਕਸ ਨੂੰ ਵੀ, ਸਿਆਸਤ ਨੂੰ ਵੀ, ਸਮਾਜ ਨੂੰ ਵੀ, ਉਹ ਹੋਰ ਤਰ੍ਹਾਂ ਲੈ ਰਹੇ ਆ। ਅਤੇ ਸ਼ਹਿਰਾਂ ਵਾਲੇ, ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ, ਉਹ ਕਮਿਊਨਿਟੀ ਬਹੁਤ ਬਦਲ ਗਈ ਆ। ਸਾਡੇ ਹੁਣ ਪਿੱਛੇ ਆ ਜਿਹੜਾ ਕਿਸਾਨੀ ਦੀ ਲਹਿਰ ਚੱਲੀ ਸੀਗੀ, ਜਿੰਨਾ ਵੀ ਆਪਣੇ ਦਿੱਲੀ ਜਾ ਕੇ ਕਿਸਾਨਾਂ ਨੇ ਪੂਰਾ ਸੰਘਰਸ਼ ਕੀਤਾ ਆਪਣੇ ਹੱਕ ਲੈਣ ਦੇ ਲਈ, ਅਤੇ ਉਹਦੇ ਲਈ ਅਸੀਂ ਦੇਖਿਆ ਕਿ ਸਾਡੇ ਹੀ ਪੰਜਾਬ ਦੇ ਵਿੱਚ ਸ਼ਹਿਰਾਂ 'ਚੋਂ ਸਪੋਰਟ ਬਹੁਤ ਘੱਟ ਸੀ, ਅਤੇ ਉਹ ਸਾਰਾ ਹੀ ਉਹ ਅੰਨ ਦਾਣਾ ਸਬਜ਼ੀਆਂ ਉਹਨਾਂ ਹੀ ਕਿਸਾਨਾਂ ਦੀਆਂ ਖਾ ਰਹੇ ਆ, ਪਰ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀਆਂ ਮੁਸ਼ਕਿਲਾਂ ਬਾਰੇ ਕੋਈ ਵੀ ਨਹੀਂ ਪਤਾ। ਉਹ ਇਸ ਤਰ੍ਹਾਂ ਨਾਲ ਸੰਗਤਾਰ ਭਾਅ ਜੀ, ਜਿਸ ਤਰ੍ਹਾਂ हो नहीं जाते, मशीन बन जाती है भी सर्कल आ जाता भी उन्होंने सर्कल चो बाहर निकलना औखा होंगे। हाँ जी, मतलब भी मैं भी जे मैं अपनी जिंदगी दे विच लाइफ दे विच मैनू भी काम बहुत सारे होंगे आ, जे मैं भी उस सर्कल च रवांगा उस सर्कल नू चो बाहर नहीं आवांगा तो मैनू कुछ दिसना ही नहीं, जे मैं दूजियां नहीं कोई सोचांगा उस सर्कल चो बाहर आवांगा तो फिर मैनू दिसना भी आल दुआले ਲੋਕ ਹੈਗੇ ਆ ਜਿਨ੍ਹਾਂ ਦਾ ਕਰਕੇ ਮੈਂ ਜਿਹਦੇ ਕਰਕੇ ਮੈਂ ਆ ਤੇ ਉਹ ਮੇਰੇ ਕਰਕੇ ਨੇ ਇੱਕ ਦੂਜੇ ਨਾਲ ਆਪਾਂ ਕਿਤੇ ਨਾ ਕਿਤੇ ਜੁੜੇ ਆ, ਮਤਲਬ ਵੀ ਉਹ ਸਰਕਲ ਚੋਂ ਬਾਹਰ ਨਿਕਲੀਏ ਇਸ ਤੇ ਫੇਰ ਹੀ ਕੁਛ ਪਤਾ ਲੱਗਦਾ। ਵੈਸੇ ਜਦੋਂ ਜ਼ਿੰਦਗੀ ਦੇ ਮਾਮਲਾਤ ਜਾਂ ਪੈਸੇ ਕਮਾਉਣ ਨੂੰ ਆਪਾਂ ਤੁਰ ਪੈਂਦੇ ਆ ਸਾਨੂੰ ਲੱਗਦਾ ਵੀ ਇਹ ਸਰਕਲ ਹੀ ਸਾਡਾ ਸਾਰਾ ਕੁਛ ਹੈ, ਲੇਕਿਨ ਉਹ ਸਰਕਲ ਸਾਰਾ ਕੁਛ ਨਹੀਂ ਹੁੰਦਾ। ਨਹੀਂ ਹੁੰਦਾ। ਇੱਕ ਨਾ ਜੀ ਸਾਡੇ ਜਿੱਦਾਂ ਪਿੰਡਾਂ ਦੇ ਵਿੱਚ ਅੱਗੇ ਇਹ ਗੱਲ ਬਹੁਤ ਹੁੰਦੀ ਸੀਗੀ ਕਿ ਜਦੋਂ ਆਉਣਾ ਟਾਈਮ ਕਣਕ ਵੱਢਣ ਦਾ, ਜਦੋਂ ਟਾਈਮ ਆਉਣਾ ਹੋਰ ਕਿਸੇ ਵੀ ਚੀਜ਼ ਨੂੰ ਕਰਨ ਦਾ, ਪਹਿਲਾਂ ਫਲੇ ਪੈਂਦੇ ਹੁੰਦੇ ਸੀ। ਹਾਂਜੀ ਹਾਂਜੀ ਫਲੇ ਤੇ ਹਾਂਜੀ ਥ੍ਰੈਸ਼ਰ ਥਰੂਸ਼ਰ ਨਹੀਂ ਸੀ ਹੁੰਦੇ, ਸਾਤੋਂ ਤਾਂ ਪਹਿਲੀਆਂ ਗੱਲਾਂ ਆ, ਪਰ ਦੇਖੋ ਸਾਰਾ ਪਿੰਡ ਇਕੱਠਾ ਹੁੰਦਾ ਹੁੰਦਾ ਸੀ, ਇੱਕ ਦੂਜੇ ਦੀ ਲੋੜ ਹੁੰਦੀ ਸੀ। ਵੇਖੋ ਮੈਂ ਨਾ ਉਹ ਗੱਲਾਂ ਜਿਹੜੀਆਂ ਤੁਹਾਨੂੰ ਕੋਟ ਕਰਦਾ ਨਾ, ਮੈਨੂੰ ਇੱਕ ਕਿਤੇ ਨਾ ਕਿਤੇ ਸੁਣਨ ਨੂੰ ਮਿਲਦੀਆਂ ਨਾ ਕਿਤੇ ਨਾ ਕਿਤੇ ਆਪਣੇ ਵੱਡਿਆਂ ਕੋਲੋਂ। ਉਹ ਅਕਸਰ ਹੁੰਦਾ ਇਸ ਤਰ੍ਹਾਂ ਸਾਡੇ ਪਿੰਡ ਨਾ ਮੇਲਾ ਲੱਗਦਾ ਹੁੰਦਾ। ਹਾਂਜੀ ਮੇਲੇ ਪਿੰਡਾਂ ਦੀ ਪਹਿਚਾਣ ਉਦੋਂ ਪਹਿਲਾਂ ਐਂਟਰਟੇਨਮੈਂਟ ਜਿਹੜੇ ਆ ਉਹ ਮੇਲੇ ਹੀ ਹੁੰਦੇ ਸੀ। ਹਾਂਜੀ ਉਹ ਸਾਲ ਬਾਅਦ ਪੈਸੇ ਇਕੱਠੇ ਹੁੰਦੇ ਸੀ, ਆਪਣਾ ਨਿਆਣਿਆਂ ਨੇ ਪੈਸੇ ਇਕੱਠੇ ਵੀ ਮੇਲਾ ਆਉਣ ਡਿਆ ਫਲਾਣੇ ਪਿੰਡ ਆਵਾਂ ਮੇਲੇ ਤੇ ਜਾਣਾ। ਹਾਂਜੀ ਉੱਥੇ ਜਿਹੜੇ ਵੀ ਉਹ ਹੋਣੇ ਮਾਮਲਾ ਤੋਂ ਪਿੰਡਾਂ ਵਾਲੇ ਉਹ ਅੰਗਰੇਜ਼ ਮੂਵੀ 'ਚ ਜਿਵੇਂ ਆਪਾਂ ਵੇਖਿਆ ਵੀ ਉਹ ਕਿਸ ਤਰ੍ਹਾਂ ਪੰਘੂੜੇ ਹੁੰਦੇ ਆ ਤੇ ਕਿਸ ਤਰ੍ਹਾਂ ਜਲੇਬੀਆਂ ਖਾਣੀਆਂ ਤੇ ਕਿਸ ਤਰ੍ਹਾਂ ਉਹ ਉਹ ਮੈਨੂੰ ਨਾ ਸਾਡੇ ਇੱਥੇ ਬਰਨਾਲਾ ਘਰਿਆਲਾ ਪਿੰਡ ਆ ਫਿਰੋਜ਼ਪੁਰ, ਉਹ ਗੱਲ ਯਾਦ ਆਉਣ ਡਈ। ਸਾਡੇ ਇੱਥੇ ਬੈਠੇ ਸੰਧੂ ਬਰਾਦਰੀ ਉਹਨਾਂ ਦਾ ਉਹ ਪਿੰਡ ਆ। ਹਾਂਜੀ ਉਹਨਾਂ ਗੱਲ ਸੁਣੀ ਵੀ ਉਹ ਪਹਿਲੋਂ ਵੀ ਮੇਰਾ ਖਿਆਲ ਹੁਣ ਪਤਾ ਨਹੀਂ ਉਹ ਹੁਣ ਵੀ ਹੈ, ਹੁਣ ਘੱਟ ਗਿਆ ਥੋੜਾ ਜਿਹਾ, ਵੀ ਉਹ ਜਿਹੜੇ ਮੇਲਿਆਂ ਦੇ ਨਾ ਖੁਸਰੇ ਨੱਚਦੇ ਹੁੰਦੇ ਸੀ। ਹਾਂਜੀ ਸ਼ਾਇਦ ਤੁਸੀਂ ਕਿਤੇ ਮੇਲਾ ਕੋ ਅਟੈਂਡ ਕੀਤਾ ਹੋਵੇ। ਸਾਡੇ ਇੱਧਰ ਤੇ ਹਲੇ ਵੀ ਉਹ ਕਲਚਰ ਕਿਤੇ ਨਾ ਕਿਤੇ ਹੈ, ਦੂਰ ਪਿੰਡਾਂ ਦੇ ਵਿੱਚ ਚੱਲਦਾ ਇਸ ਤਰ੍ਹਾਂ। ਉਹ ਆਂਦਾ ਵੀ ਉਹ ਬਾਬੇ ਉਹਨੇ ਗੱਲ ਸੁਣਾਉਣੀ ਉਹ ਸੰਧੂ ਨੇ, ਆਂਦਾ ਉਹ ਮੇਲੇ ਤੇ ਨਾ ਲੜਾਈ ਹੋ ਪਈ ਸਿੱਖਾਂ ਤੇ ਮੁਸਲਮਾਨਾਂ ਦੀ ਨਾ ਆਪਸ ਚ। ਉਹ ਕੋਈ ਖੁਸਰਾ ਬੜਾ ਸੋਹਣਾ ਸੀ, ਉਹ ਆਖੇ ਵੀ ਅਸੀਂ ਨਚਾਉਣਾ ਵਾ ਤੇ ਮੁਸਲਮਾਨ ਆਖਣ ਵੀ ਅਸੀਂ ਨਚਾਉਣਾ ਸੰਧੂ, ਤੇ ਦੂਜੇ ਪਾਸੇ ਵੀ ਬਰਾਦਰੀ ਉਹ ਸੇਮ ਹੀ ਸੀ। ਆਂਦਾ ਇੱਕ ਨਾਲ ਉਹਨੇ ਲਿਆ ਕੇ ਉਹਨੂੰ ਨਾ ਨਚਾਉਣਾ ਸ਼ੁਰੂ ਕਰਦਾ, ਦੂਜੇ ਚੁੱਕ ਕੇ ਲੈ ਕੇ ਖੁਸਰੇ ਦੀ ਲੱਤ ਤੋੜਦੀ। ਆਂਦੇ ਵੀ ਇਹ ਚੱਲ ਨੱਚੂ ਤੇ ਨਾ ਵੀ ਇਹ ਉਵੇਂ ਬਿਆਰ। ਉਹ ਜਿਹੜੇ ਸੰਧੂ ਸਨ ਨਾ ਉਹ ਉੱਠੇ, ਉਹ ਉਵੇਂ ਹੀ ਉਹਨੂੰ ਚੁੱਕ ਲਿਆਇਆ ਨਾ, ਉਹਦੀ ਲੱਤ ਲੁੱਤ ਬੰਨ ਕੇ ਆਂਦੇ ਵੀ ਤੈਨੂੰ ਇੱਕੋ ਲੱਤ ਹੀ ਨਚਾਉਣਾ। ਉਹ ਫਿਰ ਪਿੰਡ ਵਾਲਿਆਂ ਨਾ ਉਹ ਮੇਲੇ 'ਚ ਉਹਨਾਂ ਦੀ ਦੋਵਾਂ ਦੀ ਸੁਲਾਹ ਕਰਾਈ। ਉਹ ਫਿਰ ਨਵੇਂ ਬੰਦੇ ਲਿਆ ਕੇ ਤੇ ਉਹਨਾਂ ਨੇ ਐਂਟਰਟੇਨਮੈਂਟ ਜਿਹੜੀ ਕੀਤੀ ਆ ਪਿੰਡਾਂ ਦੇ ਵਿੱਚ, ਜਿਹੜੀ ਐਂਟਰਟੇਨਮੈਂਟ ਆ ਪਹਿਲਾਂ ਏਦਾਂ ਹੀ ਹੁੰਦੀ ਸੀ। ਨਹੀਂ ਤੂੰ ਤਾਂ ਦੇਖ ਲਾ ਜਾਣੀ ਕਿ ਉਹਦੇ ਤੇ ਕਿੰਨਾ ਅਤਿਆਚਾਰ ਹੋ ਰਿਹਾ, ਉਹਦੇ ਬਾਰੇ ਕੋਈ ਨਹੀਂ ਸੋਚ ਰਿਹਾ ਹਨਾ। ਆਹੋ ਉਹ ਆਪਣਾ ਸੋਚ ਰਹੇ ਵੀ ਅਸੀਂ ਐਂਟਰਟੇਨਮੈਂਟ ਜਿਹੜੀ ਆ ਉਹ ਪੂਰੀ ਕਰਨੀ। ਹਾਂ ਲੱਤ ਟੁੱਟ ਗਈ ਕੋਈ ਨਹੀਂ ਤੂੰ ਨੱਚ ਹਨਾ, ਸਾਡੀ ਖੁਸ਼ੀ ਦਾ ਸਵਾਲ ਆ। ਸੋ ਇਹ ਵੀ ਗੱਲਾਂ ਹੈਗੀਆਂ ਜੀ ਏਦਾਂ ਕਈ ਗੱਲਾਂ। ਸਾਡਾ ਜਿਹੜਾ ਸਾਡੇ ਸ਼ੋਅ ਦਾ ਨਾਂ ਹੀ ਪੰਜਾਬੀ ਵਿਰਸਾ ਆ ਜੀ, ਤੇ ਅਸੀਂ ਆਪਣੇ ਵਿਰਸੇ ਦੀਆਂ ਗੱਲਾਂ ਕਰਦੇ ਹਾਂ, ਸਭ ਕੁਛ ਕਰਦੇ ਹਾਂ, ਪਰ ਅਸੀਂ ਵਿੱਚ ਨਾਲ ਇਹ ਵੀ ਗੱਲ ਕਰਦੇ ਹਾਂ ਜਿੱਦਾਂ ਹੁਣ ਜਦੋਂ ਇੱਦਾਂ ਦੀਆਂ ਸਟੋਰੀਆਂ ਆ ਰਹੀਆਂ ਉਹਨਾਂ ਦੇ ਵਿੱਚੋਂ ਆਪਾਂ ਇਹ ਵੀ ਸਿੱਖਣਾ ਕਿ ਕੀ ਗਲਤ ਵੀ ਸੀਗਾ। ਹਾਂਜੀ ਕਈ ਨਹੀਂ ਗਲਤ ਵੀ ਜ਼ਰੂਰੀ ਗੱਲ ਹੈ, ਜਿੱਥੇ ਸਾਰਾ ਕੁਝ ਸਹੀ ਸੀ ਉੱਥੇ ਗਲਤ ਵੀ ਹੈ। ਹਾਂ ਬਹੁਤ ਕੁਛ ਗਲਤ ਇਸ ਤਰ੍ਹਾਂ ਵੀ ਹੁਣ ਤੇ ਉਦੋਂ ਦਾ ਦੌਰ ਦਾ ਫ਼ਰਕ ਬਹੁਤ ਆ ਨਾ। ਹਾਂਜੀ ਇਹੋ ਸੇਮ ਸਟੋਰੀ ਹੈ ਨਾ ਵੀ ਹੁਣ ਜੇ ਆਪਾਂ ਗੱਲ ਕਰੀਏ ਪਹਿਲਾਂ ਜਿਸ ਤਰ੍ਹਾਂ ਨਾ ਸੰਗਤਾਰ ਭਾਜੀ ਕਾਮੇ ਰੱਖੇ ਹੁੰਦੇ ਸੀ ਪਿੰਡਾਂ ਦੇ, ਸਾਡੇ ਵੀ ਇੱਥੇ ਚੱਲਦੇ ਸੀ। ਪਹਿਲਾਂ ਬੜਾ ਫ਼ਰਕ ਇਹ ਸੀ ਵੀ ਉਦੋਂ ਰੋਟੀ ਜਿਹੜੀ ਹੈ ਜਾਂ ਪਾਣੀ ਜਿਹੜਾ ਉਹਨਾਂ ਦੇ ਬਰਤਨ ਲਹਿਦਾ ਰੱਖੇ ਹੁੰਦੇ ਸੀ ਤੇ ਉੱਤੋਂ ਰੱਖ ਕੇ ਪਾਣੀ ਪਾਉਣਾ ਵੀ ਉਹ ਸਾਡਾ ਭਾਂਡਾ ਉਹਦੇ ਨਾਲ ਲੱਗ ਜਾਏ ਨਾਲ ਨਾ ਲੱਗ ਜੇ। ਉਹ ਕਾਫ਼ੀ ਦੇਰ ਤੱਕ ਮੈਂ ਵਹਿੰਦੇ ਰਹੇ। ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਉਹ ਇਹੋ ਜਿਹਨਾਂ ਦੀ ਮੈਂ ਗੱਲ ਸੁਣਾ ਨਾ ਮੇਲੇ ਵਾਲਿਆਂ ਦੀ, ਉਹ ਇਹਨਾਂ ਉਦੋਂ ਦੇ ਜਿਹੜੀਆਂ ਬੈਡ ਐਲੀਮੈਂਟਸ ਨੇ ਆਪਾਂ ਉੱਤੇ ਨਜ਼ਰ ਮਾਰਦੇ ਹਾਂ, ਉਹ ਕਰਦੇ ਨਹੀਂ ਸੀ ਹੁੰਦੇ ਨਾ, ਰਹਿਮ ਨਹੀਂ ਸੀ। ਤੇ ਉਹ ਪਾਣੀ ਲੱਗਾ ਕਿਤੇ ਸਿਆਲਾਂ ਦਾ ਦਿਨ ਸੀ ਤੇ ਉਹ ਕਾਮਾ ਜਿਹੜਾ ਨਾ ਸੌਂ ਗਿਆ, ਉਹ ਲਾਗੇ ਅੱਗ ਬਾਲੀ ਸੀ ਉਹਨੇ, ਅੱਗ ਬਾਲੀ ਤੇ ਉਹ ਲਾਗੇ ਸੌਂ ਗਿਆ। ਨੀਂਦ ਆ ਗਈ ਤੇ ਨੱਕਾ ਮੋੜਨਾ ਭੁੱਲ ਗਿਆ, ਉਤੋਂ ਜਿੱਦੀ ਜ਼ਮੀਨ ਸੀ ਜ਼ਿਮੀਦਾਰ ਸੀ ਉਹ ਚਲਾ ਗਿਆ, ਉਹਨੇ ਪਾਣੀ ਰੁੜਨ ਡਿਆ ਤੇ ਸੁੱਤਾ। ਉਹਨੇ ਸੁੱਤੇ ਦੀ ਲੱਤ ਚੁੱਕ ਕੇ ਤੇ ਉਹ ਆ ਗੱਲ ਨੂੰ ਕਰਦੀ ਉਹਦੀ ਲੱਤ ਸੜ ਗਈ। ਮੈਂ ਨਾਲੇ ਉਹਨੂੰ ਦੋ ਚਾਰ ਗਾਲਾਂ ਥੱਪੀਆਂ ਕਹਿੰਦੇ ਵੀ ਉਦੋਂ ਵਿੱਚ ਉਦੋਂ ਇਹ ਵੀ ਐਲੀਮੈਂਟਸ ਹੈਗੇ ਸਾਡੇ ਨਾਲ, ਜਿੱਥੇ ਚੰਗਾ ਸੀ ਉੱਥੇ ਮਾੜਾ ਕੁਛ ਵੀ ਹੈ, ਬਹੁਤ ਕੁਛ ਸੀਗਾ, ਸਲੇਵਰੀ ਸੀ ਇੱਕ ਤਰੀਕੇ ਨਾਲ। ਜਿੱਥੇ ਚੰਗੀਆਂ ਗੱਲਾਂ ਉੱਥੇ ਮਾੜੀਆਂ ਗੱਲਾਂ ਵੀ ਹੁੰਦੀਆਂ ਨਾ, ਫਿਰ ਉਹ ਮੁਆਸ਼ਰੇ ਦੇ ਵਿੱਚ ਫਿਰ ਸਾਰਾ ਕੁਛ ਹੀ ਚੱਲਦਾ ਵਾ। ਜੇ ਉੱਥੇ ਸਾਰਾ ਕੁਛ ਹੀ ਚੰਗਾ ਸੀ ਤੇ ਫਿਰ ਉਹ ਮੁਆਸ਼ਰਾ ਬਦਲਿਆ ਸੀ ਕਿਉਂ? ਜੇ ਸਾਰਾ ਕੁਛ ਹੀ ਚੰਗਾ ਮਾੜਾ ਹੁੰਦਾ ਤੇ ਫਿਰ ਅਸੀਂ ਉਹਨੂੰ ਚੰਗਾ ਹੁੰਦਾ ਤੇ ਅਡੋਪਟ ਕਰਦੇ, ਜੇ ਮਾੜਾ ਹੁੰਦਾ ਤੇ ਨਾ ਰੱਖਦੇ। ਸਾਰੀਆਂ ਗੱਲਾਂ ਫਿਰ ਨਾਲ ਨਾਲ। ਹਾਂ ਹਾਂ, ਕੋਈ ਵੀ ਸਿਸਟਮ ਪਰਫੈਕਟ ਨਹੀਂ ਹੁੰਦਾ। ਤੁਸੀਂ ਅੱਜ ਕੱਲ੍ਹ ਦੇਖੋ ਜੀ, ਮੈਨੂੰ ਬੜੀ ਆਸ ਸੀਗੀ ਕਿ ਹੁਣ ਜਿੱਦਾਂ ਗਾਂਹ ਸਾਰੇ ਬੱਚੇ ਪੜ੍ਹ ਲਿਖ ਗਏ ਆ ਅਤੇ ਇੰਟਰਨੈਟ ਨੇ ਸਾਰੀ ਦੁਨੀਆ ਇੱਕ ਕਰ ਦਿੱਤੀ ਆ, ਸਾਨੂੰ ਕੋਈ ਪਤਾ ਨਹੀਂ ਸੀ ਹੁੰਦਾ। ਜਿੱਦਾਂ ਉਹ ਬੰਦਾ ਕਹਿੰਦਾ ਕੋਈ ਔਰ ਮੁਲਕ ਵੀ ਹੋਮ ਹੈ, ਕਿ ਕੈਨੇਡਾ ਕਿੱਥੇ ਆ, ਅਮਰੀਕਾ ਕਿੱਥੇ, ਉੱਥੇ ਕੀ ਹੁੰਦਾ। ਅਤੇ ਸਾਡੀ ਨਾਨੀ ਅੰਨੀ ਹੁੰਦੀ ਸੀਗੀ ਜੀ, ਅਤੇ ਜਦੋਂ ਅਸੀਂ ਕੈਨੇਡਾ ਨੂੰ ਆਉਣਾ ਸੀਗਾ ਅਤੇ ਉਹਨੇ ਸਾਨੂੰ ਕਿਹਾ, ਕਹਿੰਦੀ ਕਾਕਾ ਮੈਂ ਤਾਂ ਇਹ ਸੁਣਿਆ ਵੀ ਜਿਹੜੇ ਬਾਹਰਲੇ ਮੁਲਕ ਆ ਉੱਥੇ ਕਿਤੇ ਵੀ ਧੂੜ ਨਹੀਂ ਹੈ, ਸਾਰੀ ਜਗ੍ਹਾ ਹੀ ਫਰਸ਼ ਲੱਗੇ ਹੋ ਆ। ਹਾਂਜੀ, ਅਤੇ ਜਦੋਂ ਅਤੇ ਚਲੋ ਅਤੇ ਜਦੋਂ ਅਸੀਂ ਕੈਨੇਡਾ ਆਏ ਜੀ, ਪਹਿਲੇ ਦਿਨ ਸਾਨੂੰ ਕੰਮ ਮਿਲਿਆ ਬਲੂਬੇਰੀ ਦੇ ਫਾਰਮ 'ਚ, ਹੈ ਨਾ। ਅਤੇ ਅਸੀਂ ਤਿੰਨੇ ਜਣੇ ਉੱਥੇ ਚਲੇ ਗਏ ਜੀ ਬਲੂਬੇਰੀਆਂ ਪਿਕ ਕਰਨ, ਅਤੇ ਅਸੀਂ ਇੱਕ ਦੂਜੇ ਵੱਲ ਦੇਖ ਕੇ ਨਾਨੀ ਦੀ ਗੱਲ ਕਰਕੇ ਹੱਸੀ। ਅਸੀਂ ਕਿਹਾ ਆਹ ਦੇਖ ਲਓ ਕੈਨੇਡਾ, ਉਹੀ ਧੂੜ ਜਿਹੜੀ ਉੱਥੇ। ਹਾਂਜੀ, ਉਹ ਨਾ ਇੱਥੇ ਸਾਡੇ ਨਾ ਬੰਦਾ ਸੀ, ਉਹਨੂੰ ਨਾ ਕਿਸੇ ਨੇ ਨਾ ਫਰਾਡੀਏ ਨੇ ਆਖਿਆ ਵੀ ਤੈਨੂੰ ਯੂਰਪ ਘਲਾ ਦੇਣਾ, ਉਹ ਪੈਸੇ ਪੂਸੇ ਲੈ ਲਏ। ਉਹਨੂੰ ਨਾ ਵਿਜ਼ਟਰ ਵੀਜ਼ਾ ਲਵਾ ਕੇ ਦੁਬਈ ਦਾ, ਤੇ ਉੱਥੇ ਘਲਾ ਤਾ। ਅੱਛਾ ਜੀ। ਉੱਥੋਂ ਜਾ ਕੇ ਫੋਨ ਕੀਤਾ, ਆਹ ਹੁਣ ਦੀ ਗੱਲ ਹੀ ਹੈ, ਥੋੜੀ ਦੇਰ ਹੋਈ, ਘਰ ਆ ਕੇ ਫੋਨ ਕੀਤਾ। ਇਹ ਨਹੀਂ ਦੱਸਿਆ ਵੀ ਮੈਂ ਅੱਪੜ ਗਿਆ ਵਾਂ। ਖੈਰ ਖਰੀ ਆਂਦਾ ਮੈਂ ਜਿੱਥੇ ਆ ਗਿਆ ਨਾ, ਜਿਸ ਮੁਲਕ 'ਚ ਯੂਰਪ 'ਚ, ਆਂਦਾ ਇੱਥੇ ਮੈਂ 8 ਦਿਨ ਸੁੱਤਾ ਰਵਾਂ, ਇਹ ਕੱਪੜੇ ਖਰਾਬ ਵੀ ਨਹੀਂ ਹੁੰਦੇ, ਮਿੱਟੀ ਨਹੀਂ। ਆਂਦਾ ਮੈਂ ਐਂ ਹੱਥ ਮਾਰ ਕੇ ਵੀ ਆਪਣੀ ਜੀਭ 'ਤੇ ਲਾਵਾਂ ਨਾ ਤੇ ਮਿੱਟੀ ਨਹੀਂ ਲੱਗਣੀ ਨਾਲ। ਉਹ ਬਾਅਦ 'ਚ ਪਤਾ ਲੱਗਾ ਵੀ ਤੂੰ ਦੁਬਈ ਹੈ। ਇੱਕ ਜੀ ਦੁਬਈ ਤੋਂ ਮੈਨੂੰ ਕੋਈ ਸ਼ੁਗਲ ਦੀ ਗੱਲ ਚੇਤੇ ਆ ਗਈ, ਅਤੇ ਇੱਕ ਸਾਡੇ ਪਿੰਡਾਂ ਲਾਗੇ ਕਸਬਾ ਜੀ ਮਾਲਪੁਰ, ਅਤੇ ਉਹ ਮਾਲਪੁਰ ਦਾ ਨਾ ਇੱਕ ਮੁੰਡਾ ਕਿਸੇ ਟਰੱਕ ਵਾਲੇ ਦੇ ਨਾਲ ਕਲੀਨਰ ਬਣ ਕੇ ਚਲ ਗਿਆ ਜੀ। ਅਤੇ ਜਦੋਂ ਮੁੜ ਕੇ ਆਇਆ ਅਤੇ ਉੱਥੇ ਉਹ ਆ ਕੇ ਉਹਨਾਂ ਨੂੰ ਕਹਿੰਦਾ ਮੈਂ ਤਾਂ ਨਾ ਬੰਬੇ ਜਾ ਕੇ ਆਇਆ। ਹਾਂਜੀ, ਅਤੇ ਉਹ ਹੈਗਾ ਕਲੀਨਰ ਹੀ ਹਲੇ ਟਰੱਕ 'ਤੇ, ਅਤੇ ਉਹ ਪਰ ਇੰਨਾ ਬੜਾ ਲੱਗੇ ਕਿ ਇੰਨੀ ਦੂਰੋਂ ਆਇਆ, ਅਤੇ ਸਾਰੇ ਨਾ ਉਹਦੇ ਆਲੇ ਦੁਆਲੇ ਇਕੱਠੇ ਹੋਏ ਅਤੇ ਉਹਦੀਆਂ ਗੱਲਾਂ ਸੁਣਨ। ਅਤੇ ਉਹਨਾਂ ਵਿੱਚੋਂ ਇੱਕ ਗੱਲ ਆਹ ਕਹੀ, ਕਹਿੰਦਾ ਜਦੋਂ ਅਸੀਂ ਬੰਬੇ ਪਹੁੰਚੇ ਨਾ, ਕਹਿੰਦਾ ਉੱਥੋਂ ਦੁਬਈ ਸਾਫ਼ ਦਿਸਦੀ ਆ। ਹਾਂਜੀ, ਬਹੁਤ ਲੰਮੀ ਛੱਡ ਗਿਆ, ਫਿਰ ਲੰਮਾ ਖੇਡ ਗਿਆ। ਅਤੇ ਸੋ ਜੀ ਇੱਦਾਂ ਦੀਆਂ ਗੱਲਾਂ ਸਾਡੇ ਕਲਚਰ ਦੇ ਵਿੱਚ ਬਹੁਤ, ਇਹ ਜਿਹੜਾ ਸਾਡਾ ਕਲਚਰ ਆ ਜੀ ਪੰਜਾਬੀ ਕਲਚਰ, ਜੇ ਆਪਾਂ ਜਿੱਦਾਂ ਪੰਜਾਬੀ ਜੀ 9ਵੇਂ ਨੰਬਰ 'ਤੇ ਦੁਨੀਆ 'ਚੋਂ ਭਾਸ਼ਾ ਆ, ਪਰ ਇਹ ਦੁਨੀਆ 'ਚੋਂ ਤਾਂ ਹੀ 9ਵੇਂ ਨੰਬਰ 'ਤੇ ਆ ਜੇ ਆਪਾਂ ਇਹਦੇ ਵਿੱਚ ਦੁਆਬੀ, ਮਾਝੀ, ਮਾਲਵਈ ਅਤੇ ਨਾਲ ਜੋ ਆਪਣਾ ਸਾਡੇ ਸਾਰੇ ਲਹਿੰਦੇ ਦੇ ਡਾਇਲੈਕਟ ਆ, ਇਹ ਵੀ ਵਿੱਚ ਪਾ ਲਈਏ। ਅਤੇ ਕਿਉਂਕਿ ਹੁਣ ਇਸ ਵਕਤ ਪਾਕਿਸਤਾਨ ਦੇ ਵਿੱਚ ਇੱਧਰਲੇ ਪੰਜਾਬ ਨਾਲੋਂ ਜ਼ਿਆਦਾ ਪੰਜਾਬੀ ਰਹਿ ਰਹੇ ਆ, ਅਤੇ ਸਾਡਾ ਸਾਰਿਆਂ ਦਾ ਜਿਹੜਾ ਭਾਵੇਂ ਸਾਡੀ ਯੂਨੀਵਰਸ ਭਾਵੇਂ ਹੋਰ ਵੀ ਹੋ ਜਾਵੇ, ਪਰ ਜਦ ਜਿੱਦਾਂ ਹੁਣ ਇੰਗਲੈਂਡ ਦਾ ਕਲਚਰ ਹੋ ਰਿਹਾ ਜੀ, ਅਮਰੀਕਾ ਦਾ ਹੋ ਰਿਹਾ, ਅਤੇ ਪਰ ਉਹਨਾਂ ਦੀ ਭਾਸ਼ਾ ਨੇ ਇਕੱਠਾ ਕੀਤਾ ਹੈ। ਹਾਂਜੀ ਹਾਂਜੀ, ਅਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੀ ਭਾਸ਼ਾ ਤੋਂ ਇਹ ਲੈ ਲਈਏ ਕਿ ਚਲੋ ਇਹ ਛੱਡੋ ਗੱਲਾਂ ਵੀ ਬਾਰਡਰ ਹਟਾਓ ਜੀ, ਆਹ ਕਰੋ ਉਹ ਕਰੋ, ਅਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਸਾਡਾ ਆਦਾਨ ਪ੍ਰਦਾਨ ਵਿਹਲਾ ਹੋਵੇ, ਕੋਈ ਵੀਜ਼ਾ ਨਾ ਹੋਵੇ, ਕੋਈ ਕੁਛ ਨਾ ਹੋਵੇ। ਹੁਣ ਕੈਨੇਡਾ ਅਮਰੀਕਾ ਦੇ ਵਿੱਚ ਜਿੱਦਾਂ ਕਾਰਾਂ ਜਾਂਦੀਆਂ। ਹਾਂਜੀ, ਇਹ ਅੱਜ ਵੀ ਗੱਲ ਕਰਨੇ ਆ ਵੀ ਜਿਸ ਤਰ੍ਹਾਂ ਯੂਰਪ ਦੀਆਂ ਵੀ ਥੋੜ੍ਹੀ ਉਹਨਾਂ ਦੀ ਲੜਾਈ ਰਹੀ ਆਪੋ ਦੇ ਵਿੱਚ, ਬਹੁਤ ਕਿੰਨਾ ਨਸਲਾਂ ਤੋਂ ਇੱਕ ਦੂਜੇ ਨਾਲ, ਉਹ ਤਾਂ ਸਾਰਾ ਕੁਛ ਉਹਨਾਂ ਨੇ ਭੁਲਾ ਦਿੱਤਾ। ਮਤਲਬ ਇਹ ਵੀ ਅਸੀਂ ਉਹ ਰੇਸ 'ਚ, ਉਸ ਇਕਨੋਮਿਕਲੀ ਜੇ ਆਪਾਂ ਉਸ ਰੇਸ 'ਚ ਵੜਨਾ ਨਾ, ਇਹ ਸਾਨੂੰ ਸਾਰਾ ਕੁਛ ਭੁੱਲਣਾ ਹੀ ਪੈਣਾ। ਸਾਨੂੰ ਇਹ ਬਾਰਡਰ ਬੇਸ਼ੱਕ ਜਿੱਥੇ ਜਿੱਥੇ ਹੈ ਰਹਿਣ, ਇਹਦੇ 'ਚੋਂ ਅੱਗੇ ਪਿੱਛੇ ਨਹੀਂ ਹੋਇਆ ਜਾ ਸਕਦਾ। ਹਾਂਜੀ, ਲੇਕਿਨ ਇਹ ਵੀ ਥੋੜ੍ਹੀਆਂ ਜਿਹੀਆਂ ਆਸਾਨੀਆਂ ਹੋਣ, ਲੋਕਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਣ। ਇਹ ਜੰਗ ਦੀ, ਇਹ ਨਫ਼ਰਤ ਦੀ ਦੌੜ 'ਚੋਂ ਬਾਹਰ ਨਿਕਲੀਏ, ਅਸੀਂ ਇਕੱਠੇ ਹੋ ਕੇ ਇਹਨੂੰ ਸਰਵਾਈਵ ਕਰੀਏ, ਆਪਣੇ ਆਪ ਨੂੰ ਠੀਕ ਕਰੀਏ, ਪੰਜਾਬ ਨੂੰ ਠੀਕ ਕਰੀਏ, ਆਪਣੇ ਮੁਲਕਾਂ ਨੂੰ ਠੀਕ ਕਰੀਏ। ਹਾਂਜੀ, ਫਿਰ ਹੀ ਅਸੀਂ ਅੱਗੇ ਵਧ ਸਕਦੇ ਹਾਂ। ਹੁਣ ਜੇ ਪੰਜਾਬੀ ਸਾਰੀ ਦੁਨੀਆ ਦੇ ਵਿੱਚ ਕਾਮਯਾਬ ਆ, ਜਿਹੜੇ ਬਾਹਰਲੇ ਪੰਜਾਬੀ ਮਿਲੀਅਨੇਰ ਬਿਲੀਅਨੇਰ ਬੜੇ ਆ, ਦੋਹਾਂ ਪੰਜਾਬਾਂ ਦੇ ਵਿੱਚ ਬੜੇ ਬੜੇ ਲੋਕ ਆ, पर सब तो बड़ी गल ये है कि साढ़े कोल देखो उपजाऊ ਜ਼ਮੀਨ ਕਿੰਨੇ ਆ। ਅਸੀਂ ਸਾਡਾ ਨਾਂ ਹੀ ਪੰਜਾਬ ਇਹ ਆ ਕਿ ਜਿਹੜੇ ਪੰਜ ਦਰਿਆ ਆ ਉਹਨਾਂ ਨੇ ਆਪਣਾ ਲਿਆ ਲਿਆ ਕੇ ਡੈਲਟਾ ਬਣਾਏ ਆ, ਹੈ ਨਾ। ਦੇਖੋ ਉਹਨਾਂ ਦੀ ਜਿਹੜੀ ਉਪਜਾਊ ਮਿੱਟੀ ਆ, ਹਾਂਜੀ, ਜਿਹੜੀ ਚੀਜ਼ ਲਾ ਦਿਓ ਜੀ। ਅਸੀਂ ਇੱਧਰੋਂ ਵੀ ਕਈ ਇੱਧਰ ਕਮਲ ਨੂੰ ਆਵਾਕਾਡੋ ਬੜੇ ਪਸੰਦ ਸੀਗੇ ਅਤੇ ਇੰਡੀਆ ਆਵਾਕਾਡੋ ਨਾ ਮਿਲਣ ਅਤੇ ਉਹ ਇੱਥੋਂ 5 ਬੀ ਲੈ ਗਿਆ ਜੀ, ਹਾਂਜੀ। ਅਤੇ ਮੈਨੂੰ ਕਹਿੰਦਾ ਯਾਰ ਮੈਂ 5 ਬੀ ਲੈ ਜਾਣੇ ਆ, ਇੱਕ ਤਾਂ ਹੋਊਗਾ। ਅਤੇ ਉਹ ਮੈਂ ਪਿਛਲੇ ਸਾਲ ਗਿਆ ਜੀ 2 ਸਾਲਾਂ ਬਾਅਦ, ਅਤੇ ਇੱਥੇ ਸਾਡੇ ਬੀ ਉੱਗਣ ਨੂੰ ਲੱਗ ਜਾਂਦੀ। ਉਹ 2 ਸਾਲ ਵਿੱਚ 5 ਬੂਟੇ 4-4 ਫੁੱਟ ਦੇ ਹੋ ਗਏ। ਉਹ ਧਰਤੀ ਇੱਦਾਂ ਦੀ ਜੀ, ਹਾਂਜੀ। ਅਤੇ ਤੁਸੀਂ ਉੱਥੇ ਕੋਈ ਵੀ ਉੱਥੇ ਬੀਜ ਸਿੱਟਦੇ ਹੋ ਅਤੇ ਉਹ ਉੱਗ ਪੈਂਦਾ। ਅਤੇ ਉੱਥੇ ਸਾਡੇ ਕੋਲ ਇਹ ਜਿਹੜੀਆਂ ਚੀਜ਼ਾਂ, ਸਾਨੂੰ ਇਹਨਾਂ ਚੀਜ਼ਾਂ 'ਤੇ ਮਾਣ ਹੋਣਾ ਚਾਹੀਦਾ। ਸਾਡਾ ਕਲਚਰ, ਸਾਡਾ ਇਤਿਹਾਸ ਅਤੇ ਸਾਡੇ ਜਿਹੜੇ ਰਹਿਬਰ ਹੋ ਗਏ ਆ, ਬੜੇ ਬੜੇ ਗੱਲਾਂ, ਬੜੀਆਂ ਬੜੀਆਂ ਗੱਲਾਂ ਕਹਿ ਗਏ ਆ, ਬੜੇ ਬੜੇ ਉਹ ਚੀਜ਼ਾਂ ਰਚ ਗਏ ਆ, ਸ਼ਹਿਰ ਵਸਾ ਗਏ ਆ, ਹਾਂਜੀ। ਕਲਚਰਲੀ ਤਾਂ ਅਸੀਂ ਬੜੇ ਰਿਚ ਹਾਂ ਜੀ, ਬੜੇ ਅਮੀਰ ਹਾਂ ਅਸੀਂ ਉਸ ਪੱਖੋਂ। ਅਤੇ ਕਲਚਰਲੀ ਆਪਣੀ ਉਹ ਸਾਡੇ ਕੋਲ ਸਾਰਾ ਕੁਛ ਹੀ ਆ। ਮੈਂ ਅਕਸਰ ਜਦੋਂ ਦੁਬਈ ਜਾਈਏ ਨਾ ਤਾਂ ਜ਼ੇਹਨ 'ਚ ਖਿਆਲ ਆਉਂਦਾ ਵੀ ਇਹਨਾਂ ਨੇ ਯਾਰ ਕਿਵੇਂ ਕੀ ਕੀਤਾ ਵੀ ਇਹਨਾਂ ਕੋਲ ਕੁਛ ਵੀ ਨਹੀਂ, ਇਹਨਾਂ ਕੋਲ ਸਾਰਾ ਕੁਛ। ਕੁਛ ਵੀ ਨਹੀਂ ਤੇ ਸਾਰਾ ਕੁਛ, ਸਾਡੇ ਕੋਲ ਸਾਰਾ ਕੁਛ ਤੇ ਕੁਛ ਵੀ ਨਹੀਂ। ਹਾਂ, ਵੀ ਉਹਨਾਂ ਨੇ ਸਾਰਾ ਕੁਛ ਬਣਾਇਆ, ਸਾਡੇ ਕੋਲ ਬਣਿਆ ਬਣਾਇਆ ਨਹੀਂ ਸਮਝ ਜਾਂਦਾ। ਹਾਂ, ਪਰ ਕਈ ਵਾਰੀ ਇਹ ਹੋ ਵੀ ਜਾਂਦਾ ਨਾ। ਇਹ ਵੀ ਕਈ ਵਾਰੀ ਹੈਗੀ ਗੱਲ ਕਿ ਜਿਸ ਬੰਦੇ ਕੋਲ ਕੁਛ ਨਹੀਂ ਹੁੰਦਾ ਅਤੇ ਉਹਨੂੰ ਜਦੋਂ ਥੋੜ੍ਹਾ ਜਿਹਾ ਮਿਲਦਾ ਅਤੇ ਉਹਨੂੰ ਉਹ ਸਾਂਭ ਕੇ ਰੱਖਦਾ। ਅਤੇ ਜਿਸ ਬੰਦੇ ਦੇ ਘਰ ਅੰਬ ਲੱਗੇ ਉਹ ਆ ਅੰਬਾਂ ਦਾ ਇੱਕ, ਜਿਹਨੇ ਅੰਬ ਖਰੀਦ ਕੇ ਲਿਆਉਣਾ ਉਹ ਗੂਠੀ ਨੂੰ ਵੀ ਚੂਸ ਲੈਂਦਾ, ਹੈ ਨਾ। ਉਹ ਛੱਡਦਾ ਨਹੀਂ ਕੁਛ ਵੀ ਗੂਠੀ 'ਤੇ ਵੀ। ਜਿਹਦੇ ਘਰ ਅੰਬਾਂ ਦੇ ਬੂਟੇ ਲੱਗੇ ਉਹ ਉਹਦੇ ਥੱਲੇ ਵੀ ਡਿੱਗੇ ਹੁੰਦੇ। ਬੰਦਾ ਕਹਿੰਦਾ ਯਾਰ ਇਹ ਚੁੱਕਦੇ ਕਾਹਦੇ ਨਹੀਂ, ਉਹ ਥੱਲੇ ਡਿੱਗੇ। ਅਤੇ ਸਾਡਾ ਉਹ ਗੱਲ ਹੈ। ਔਰ ਅੰਬਾਂ ਤੋਂ ਗੱਲ ਯਾਦ ਆ ਗਈ, ਮੈਂ ਹੁਣ ਗੱਲ ਸੁਣਾ ਹੀ ਦੇਵਾਂ ਵਿੱਚ। ਮੇਰੇ ਨਾਨਕੇ ਆ ਰਹੀਮ ਯਾਰ ਖਾਂ ਸਾਦਕਾਬਾਦ, ਇੱਥੋਂ ਵਾਹਵਾ 12 ਘੰਟੇ ਦੂਰ ਆ। ਉਹ ਹੈ ਪੰਜਾਬ 'ਚ ਹੀ ਆ, ਵੀ ਸੈਕਿੰਡ ਲਾਸਟ ਪੰਜਾਬ ਦਾ ਵਾ ਡਿਸਟ੍ਰਿਕਟ। ਉਹਨਾਂ ਦੇ ਨਾ ਉਸ ਸਾਈਡ 'ਤੇ ਜਦੋਂ ਆਪਾਂ ਟੱਪਦੇ ਹਾਂ ਨਾ, ਮੁਲਤਾਨ ਵੜਦੇ ਹਾਂ, ਮੁਲਤਾਨ ਤੋਂ ਓਨਵਰਡ ਸਿੰਧ ਕਰਾਚੀ ਤੱਕ ਅੰਬ ਹੀ ਅੰਬ ਹੈ, ਬਹੁਤ ਉਧਰ ਅੰਬ ਹੁੰਦੇ। ਉਹਨਾਂ ਦੇ ਨਾ ਆਮ ਹੈ ਖੇਤਾਂ 'ਚ ਅੰਬ। ਉਹ 3 ਮਹੀਨਿਆਂ ਦੀਆਂ ਛੁੱਟੀਆਂ ਜਾਣਾ ਨਾ, ਅਤੇ ਉਹ ਜਾਣਾ ਹੀ ਇਸ ਪਰਪਜ਼ ਨਾਲ ਵੀ ਉੱਥੇ ਅੰਬ ਹੋਣੇ ਅਤੇ 3 ਮਹੀਨੇ ਖਾਵਾਂਗੇ। ਉਹ ਉੱਤੋਂ ਤਾਂ ਪੱਕੇ ਨਹੀਂ ਹੁੰਦੇ ਬੂਟਿਆਂ ਦੇ, ਤਾਂ ਇੰਨੇ ਪੱਕੇ ਨਹੀਂ ਹੁੰਦੇ। ਤੋੜ ਕੇ ਜਾਂ ਉੱਥੇ ਮਿੱਟੀ 'ਚ ਦੱਬ ਦੇਣੇ, 2-3 ਦਿਨਾਂ ਬਾਅਦ ਉਹ ਮਾੜੇ ਚੰਗੇ ਹੋਣੇ ਅਤੇ ਕੱਢ ਖਾ ਲੈਣੇ। ਉਹਨੂੰ ਪੈਲ ਪਾਣੀ ਕਹਿੰਦੇ ਹੁੰਦੇ। ਹਾਂ, ਪੈਲ ਪਾਣੀ। ਉਹ ਛੁੱਟੀਆਂ ਕਿਤੇ ਲਾਗੇ ਲੱਗੀਆਂ ਸੀ, ਅਤੇ ਮੈਂ ਨਾ ਵਾਹਵਾ ਸਾਰੇ ਅੰਬ ਲੈ ਆ ਕੇ ਨਾ, ਅਤੇ ਉਹ ਤੁਹਾਨੂੰ ਪਤਾ ਮਾਈਆਂ ਨੇ ਨਾ ਜਿਹੜੀਆਂ ਪੇਟੀਆਂ ਬਣਾਈਆਂ ਹੁੰਦੀਆਂ, ਵਿੱਚ ਬਿਸਤਰੇ ਰੱਖੇ ਹੁੰਦੇ ਨਾ। ਮੈਂ ਉਹ ਵਾਹਵਾ ਸਾਰੇ ਅੰਬ ਨਾ ਬਿਸਤਰਿਆਂ 'ਚ ਰੱਖਤੇ, ਅਤੇ ਉਹ ਮੈਨੂੰ ਕਿਤੇ ਚੇਤਾ ਭੁੱਲ ਗਿਆ। ਮੈਂ ਆ ਗਿਆ ਇੱਥੇ ਆਪਣੇ ਘਰ। ਉਹ ਜਦੋਂ ਨਾ ਲੰਘਿਆ ਨਾ 15 ਦਿਨ, ਅਤੇ ਉਹ ਕਮਰੇ 'ਚੋਂ ਸਮੈਲ ਆਵੇ ਉਹ ਪੇਟੀ 'ਚੋਂ ਨਾ, ਅਤੇ ਉਹ ਬਿਸਤਰੇ ਸਾਰੇ ਖਰਾਬ ਹੋ ਗਏ। ਅਤੇ ਮੇਰੀ ਨਾਨੀ ਦੀ ਡੈਥ ਹੋਈ ਨੂੰ ਹੁਣ ਨਾ ਕੋਈ 5-6 ਸਾਲ ਹੋਏ ਆ, ਅਤੇ ਉਹ ਨਿੱਕੇ ਹੁੰਦਿਆਂ ਤੋਂ 20-25 ਸਾਲ ਮੇਰੀ ਉਹ ਰਜਾਈਆਂ ਨੇ ਜਾਨ ਨਹੀਂ ਛੱਡੀ। ਜਦੋਂ ਨਾਨੀ ਕੋਲ ਜਾਣਾ, ਨਾਨੀ ਨੇ ਗਾਲਾਂ ਕੱਢਣੀਆਂ ਵੀ ਤੂੰ ਸਾਡੇ ਨਾ ਬਿਸਤਰੇ ਖਰਾਬ ਕਰ ਗਿਆ। ਉਹ ਜੀ ਉਹ ਦੇਖ ਲਓ ਇਹ ਤਰੀਕਾ ਕਿੱਦਾਂ ਦਾ ਸੀਗਾ ਕਿ ਅੰਬਾਂ ਦੀ ਪੈਲ ਪਾ ਦੇਣੀ ਜੀ, ਅਤੇ ਤੂੜੀ 'ਚ ਬਹੁਤ ਸੋਹਣੇ ਪੱਕਦੇ ਹੁੰਦੇ ਸੀਗੇ ਜੀ। ਹਾਂ, ਤੂੜੀ 'ਚ। ਹਾਂ, ਫਿਰ ਨਿੱਘ ਦੇ ਨਾਲ ਨਾ, ਅਤੇ ਉਹ ਪੱਕ, ਹਾਂਜੀ। ਮੁਰੱਬਾ ਬਣਾਉਣਾ, ਇੱਕ ਮੁਰੱਬਾ ਬਣਾਉਂਦੇ ਹੁੰਦੇ ਸੀ, ਮੁਰੱਬਾ ਨੂੰ ਕਹਿੰਦੇ ਸੀ ਅੰਬਾਂ ਦਾ। ਉਹ ਸੀਰੇ ਦੇ ਵਿੱਚ ਨਾ, ਅਤੇ ਉਹ ਫਿਰ ਉਹ ਦੁਪਹਿਰੇ ਰੋਟੀ ਨਾਲ ਉਹ ਵੀ ਖਾਂਦੇ ਹੋਣਾ, ਜਾਂ ਚਟਣੀ ਅਤੇ ਜਾਂ ਰੋਟੀ ਨਾਲ ਉਹ ਖਾਣਾ। ਉਹ ਵੀ ਬਹੁਤ ਵਧੀਆ ਹੁੰਦਾ ਸੀ, ਕੱਚੇ ਅੰਬ ਦੀ ਚਟਣੀ ਅਤੇ ਪੱਕੇ ਅੰਬ ਦਾ ਮੁਰੱਬਾ ਜੀ, ਹਾਂਜੀ। ਹਾਂ, ਅਤੇ ਇੱਕ ਅੰਬ ਨੂੰ ਸੁਕਾਉਣ ਦੇ 3 ਤਰੀਕੇ ਆ ਜੀ, ਅਤੇ ਅੰਬ ਨੂੰ ਪ੍ਰਜ਼ਰਵ ਕਰਨ ਦੇ ਕਹਿ ਲਓ। ਅਤੇ ਇੱਕ ਤਾਂ ਅਚਾਰ ਪਾਈ ਦਾ ਜੀ, ਉਹ ਵੀ ਕੱਚੇ ਅੰਬ ਦਾ ਹੀ ਪੈਂਦਾ, ਅਤੇ ਫਿਰ ਪੱਕੇ ਅੰਬ ਦਾ ਮੁਰੱਬਾ ਹੁੰਦਾ। ਅਤੇ ਇੱਕ ਨਾ ਜੀ ਅੰਬਾਂ ਨੂੰ ਕੱਟ ਕੇ ਸੁਕਾ ਲੈਂਦੇ ਆ, ਅਤੇ ਅੰਬਾਂ ਨੂੰ ਕੱਟ ਕੇ ਸੁਕਾ ਲੈਂਦੇ। ਪਰ ਹੁਣ ਉਹ ਰਿਹਾ ਨਹੀਂ, ਅਤੇ ਪਰ ਸਾਡੇ ਪਿੰਡਾਂ ਦੇ ਲਾਗੇ ਇੱਕ ਏਰੀਆ ਆ ਜੇਜੋਂ, ਜਿੱਥੇ ਸਾਡੇ ਨਾਨਕੇ ਆ ਉਹਦੇ ਲਾਗੇ, ਅਤੇ ਉੱਥੇ ਉਹ ਨਾ ਬ੍ਰਿਟਿਸ਼ ਰੇਲ ਗੱਡੀ ਦਾ ਆਖਰੀ ਸਟੇਸ਼ਨ ਹੁੰਦਾ ਸੀਗਾ ਜੀ। ਅਤੇ ਉੱਥੇ ਲੋਕਾਂ ਨੇ ਨਾ ਬਹੁਤ ਇਹ ਬਿਜ਼ਨਸ ਸੀਗਾ, ਬੰਬੇ ਤੱਕ ਲੋਕ ਰੇਲ ਗੱਡੀ 'ਤੇ ਚੜ੍ਹ ਕੇ ਆਉਂਦੇ ਸੀਗੇ, ਅਤੇ ਇੱਥੋਂ ਸੁੱਕੇ ਅੰਬ ਲੈ ਕੇ, ਅਤੇ ਫਿਰ ਉਹ ਸਾਰੇ ਇੰਡੀਆ ਦੇ ਵਿੱਚ ਵਿਕਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਅਤੇ ਪਰ ਹੁਣ ਦੇਖ ਲਓ ਹੁਣ ਉਹ ਰਹੇ ਨਹੀਂ, ਅਤੇ ਅਸੀਂ ਸੜਕਾਂ 'ਤੇ ਜਿੱਧਰ ਨੂੰ ਜਾਣਾ ਛਾਵਾਂ ਹੀ ਛਾਵਾਂ ਹੁੰਦੀਆਂ ਸੀਗੀਆਂ। ਤੇ ਪਰ ਪੰਜਾਬ ਬਦਲ ਰਿਹਾ ਜੀ, ਜਿੱਦਾਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਪੰਜਾਬ ਬਦਲ ਰਿਹਾ, ਸਾਰੀ ਦੁਨੀਆ ਬਦਲ ਰਿਹਾ। ਬਿਲਕੁਲ, ਬੂਟੇ ਘੱਟਦੇ ਜਾਂਦੇ ਆ। ਜਿੱਥੇ ਮੈਂ ਹਾਂ ਮੇਰੇ ਸ਼ਹਿਰ 'ਚ ਇੱਥੇ ਬਹੁਤ ਘੱਟ ਬੂਟੇ ਨੇ, ਓਵਰਆਲ ਦਰਖਤ ਘੱਟ ਨੇ। ਲਾਹੌਰ 'ਚ ਚਲੇ ਜਾਓ ਤੁਸੀਂ, ਲਾਹੌਰ ਤੁਹਾਨੂੰ ਬੜੇ ਵੇਖਣ ਨੂੰ ਮਿਲਣਗੇ। ਮੁਲਤਾਨ ਜੇ ਆਪਾਂ ਜਾਂਦੇ ਹਾਂ ਉੱਥੋਂ ਬਹੁਤ ਸੀ ਅੰਬ। ਮੈਂ ਨਾ ਕੋਈ ਤੁਸੀਂ 100 ਕਿਲੋਮੀਟਰਾਂ ਦੇ ਜਿਹੜੇ ਅੰਬਾਂ ਦੇ ਬਾਗ ਸੀ, ਹੁਣ ਉੱਥੇ ਵੀ ਕਲੋਨੀਜ਼ ਡਿਵੈਲਪ ਹੋ ਗਈਆਂ, DHA ਬਣ ਗਿਆ, ਸਾਰੇ ਅੰਬ ਅੰਬ ਉਹਨਾਂ ਨੇ ਖਤਮ ਕਰ ਦਿੱਤੇ। ਇਸ ਤਰ੍ਹਾਂ ਕਰਕੇ ਉਹ ਥੋੜ੍ਹਾ ਜਿਹਾ ਅਵੇਅਰਨੈਸ ਦੀ ਵੀ ਥੋੜ੍ਹੀ ਘਾਟ ਆ। ਬੂਟੇ ਵੀ ਜਿਹੜੇ ਆ ਵਾਹਵਾ ਮਕਾ ਲਿਆ ਆਪਣੀਆਂ ਜ਼ਮੀਨਾਂ ਨੂੰ ਲੈਵਲ ਕਰਨ ਦਾ ਕਰਕੇ ਨਾ, ਕਿ ਉੱਥੇ ਫਸਲ ਥੋੜ੍ਹੀ ਹੁੰਦੀ ਆ। ਕਿਉਂਕਿ ਜਿੱਥੇ ਬੂਟਾ ਹੁੰਦਾ ਉੱਥੇ ਸਾਈਡਾਂ 'ਤੇ, ਕਿਉਂਕਿ ਅਸੀਂ ਨਿੱਕੇ ਹੁੰਦਿਆਂ ਵੇਖਿਆ ਵੀ ਸਾਰੀਆਂ ਵੱਟਾਂ 'ਤੇ ਬੂਟੇ ਹੁੰਦੇ ਸੀ। ਹਾਂਜੀ, ਉਹ ਟਾਹਲੀ ਹੁੰਦੀ ਸੀ, ਟਾਹਲੀਆਂ ਜਾਂ ਹੋਰ ਕਿੱਕਰਾਂ। ਉੱਥੇ ਫਸਲ ਥੋੜ੍ਹੀ ਘੱਟ ਹੁੰਦੀ ਸੀ, ਉਹ ਫਿਕਰ ਨਹੀਂ ਕਰਦਾ। ਮਕਾ ਹੀ ਛੜਿਆ ਨਾ ਉਹ ਥੋੜ੍ਹੀ ਥੋੜ੍ਹੀ ਫਸਲ ਬਚਾਉਣ ਦਾ ਕਰਕੇ ਆਪਣੇ ਸਾਹ ਹੀ ਮਕਾ ਲਏ। ਹਾਂ, ਅਸੀਂ ਉਹ ਖਤਮ ਕਰ ਲਿਆ। ਪਰ ਉਹਦਾ ਕੀ ਹੋਇਆ ਜੀ ਕਿ ਦੋ ਚੀਜ਼ਾਂ ਹੋ ਗਈਆਂ। ਇੱਕ ਤਾਂ ਨਾਲੇ ਜਿੱਦਾਂ ਤੁਸੀਂ ਕਿਹਾ ਕਲੋਨੀਆਂ ਬਹੁਤ ਬਣਨ ਲੱਗ ਪਈਆਂ, ਖੇਤਾਂ ਦੇ ਉੱਤੇ ਸੈਂਕੜੇ ਕਿਲੋਮੀਟਰਾਂ ਦੇ ਵਿੱਚ ਫਰਸ਼ ਲੱਗ ਗਏ, ਸ਼ਹਿਰ ਇੱਦਾਂ ਖਾਣ ਲੱਗ ਪਏ ਨਾ ਪਿੰਡਾਂ ਨੂੰ ਆਲੇ ਦੁਆਲੇ। ਅਤੇ ਦੂਜਾ ਕੀ ਹੋਇਆ ਕਿ ਲੱਕੜੀ ਬਹੁਤ ਮਹਿੰਗੀ ਹੋ ਗਈ। ਹਾਂਜੀ, ਅਤੇ ਹੁਣ ਜਿਹੜਾ ਅੰਬ ਆ, ਤੁਸੀਂ ਪੁਰਾਣੇ ਜ਼ਮਾਨੇ 'ਚ ਜਿਹੜੇ ਢੋਲ ਹੁੰਦੇ ਸੀਗੇ ਉਹ ਅੰਬ ਦੇ ਬਣਦੇ ਸੀਗੇ ਜੀ। ਹਾਂਜੀ, ਅਤੇ ਹੁਣ ਐਡਾ ਅੰਬ ਲੱਭਦਾ ਹੀ ਨਹੀਂ ਜਿਹਦਾ ਢੋਲ ਬਣਾਇਆ ਜਾ ਸਕੇ, ਕਿਉਂਕਿ ਉਹਦੇ ਵਿੱਚ ਜੋੜ ਤਾਂ ਪੈਣਾ ਨਹੀਂ। ਹਾਂਜੀ, ਅਤੇ ਸੋ ਇੱਦਾਂ ਜੀ। ਅਤੇ ਪਰ ਚਲੋ ਫਿਰ ਆਪਣਾ ਆ ਰਿਹਾ ਉਹਦਾ ਜ਼ਮਾਨਾ, ਲੋਕ ਹੁਣ ਲਾ ਰਹੇ ਆ ਛੋਟੇ ਛੋਟੇ ਬੂਟੇ, ਪਰ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਲੱਗਦੇ ਸੈਂਕੜੇ ਸਾਲ ਬੜੇ ਹੋਣ ਨੂੰ, ਇੱਡੇ ਬੜੇ। ਹਾਂਜੀ, ਸਾਲ ਲੱਗਦੇ, ਬਹੁਤ ਸਾਰੇ ਸਾਲ ਲੱਗਦੇ। ਹਾਂ ਹਾਂ, ਅਤੇ ਬਹੁਤ ਬਹੁਤ ਮਹਾਰਾਜ ਧੰਨਵਾਦ, ਤੁਸੀਂ ਬਹੁਤ ਇੰਟਰਸਟਿੰਗ ਗੱਲਾਂ ਸੁਣਾਈਆਂ। ਅਤੇ ਜਦੋਂ ਵੀ ਸ਼ੁਕਰੀਆ ਤੁਹਾਡਾ ਭਾਜੀ, ਜਦੋਂ ਵੀ ਤੁਹਾਡਾ ਦਿਲ ਕਰੇ ਜੀ ਆ ਕੇ ਸਾਨੂੰ ਕਹਾਣੀਆਂ ਦੋ ਚਾਰ ਸੁਣਾ ਦਿਆ ਕਰੋ। ਹੋਰ ਜ਼ਰੂਰ ਜ਼ਰੂਰ ਆਪਾਂ ਸ਼ੇਅਰ ਕਰਦੇ ਰਹਾਂਗੇ, ਜ਼ਰੂਰ ਸ਼ੇਅਰ ਕਰਦੇ ਰਹਾਂਗੇ, ਗੱਲਾਂ ਬਾਤਾਂ ਕਰਦੇ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ ਭਾਜੀ, ਧੰਨਵਾਦ ਤੁਹਾਡਾ, ਸ਼ੁਕਰੀਆ। ਪੰਜਾਬੀ ਪੋਡਕਾਸਟ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਅਸੀਂ ਹਰ ਸ਼ੁੱਕਰਵਾਰ ਨੂੰ ਕੋਸ਼ਿਸ਼ ਕਰਦੇ ਹਾਂ ਕਿ ਇੱਕ ਨਵਾਂ ਐਪੀਸੋਡ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਜੇ ਤੁਹਾਨੂੰ ਪੰਜਾਬੀ ਪੋਡਕਾਸਟ ਪਸੰਦ ਹੈ ਤਾਂ ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਇੱਥੇ ਕਮੈਂਟ ਕਰੋ, ਸਬਸਕ੍ਰਾਈਬ ਕਰੋ, ਜਾਂ ਇਹਨੂੰ ਪੋਡਕਾਸਟਾਂ ਦੀਆਂ ਐਪਾਂ ਦੇ ਵਿੱਚ ਫੋਲੋ ਕਰੋ। ਅਗਲੇ ਹਫਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਤਦ ਤੱਕ ਲਈ ਮੈਨੂੰ ਆਗਿਆ ਦਿਓ। ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।